ਹੋਏ ਸੋ ਤੁਹਾਡਾ ਹਾਰਦਿਕ ਤੌਰ 'ਤੇ ਸਵਾਗਤ। ਸੋ ਅੱਜ ਦੀ ਗੁਰਬਾਣੀ ਵਿਚਾਰ ਕੁਝ ਸ਼ਬਦਾਂ ਦੀ ਸਾਂਝ ਪਾਈਏ ਪਹਿਲਾਂ। ਅੰਮ੍ਰਿਤ ਬਾਣੀ ਹਰ ਹਰ ਤੇਰੀ, ਸੁਣ ਸੁਣ ਹੋਵੇ ਪਰਮ ਗਤ ਮੇਰੀ। ਅੰਮ੍ਰਿਤ ਬਾਣੀ ਹਰ ਹਰ ਤੇਰੀ, ਸੁਣ ਸੁਣ ਹੋਵੇ ਪਰਮ ਗਤ ਮੇਰੀ। ਅੰਮ੍ਰਿਤ ਬਰਖੇ ਅਨਹਦ ਬਾਣੀ, ਮਨ ਤਨ ਅੰਤਰ ਸ਼ਾਂਤ ਸਮਾਣੀ। ਅੰਮ੍ਰਿਤ ਬਰਖੇ ਅਨਹਦ ਬਾਣੀ, ਮਨ ਤਨ ਅੰਤਰ ਸ਼ਾਂਤ ਸਮਾਣੀ। ਸਭ ਕਿਛ ਘਰ ਮੇ ਬਾਹਰ ਨਾਹੀ, ਬਾਹਰ ਢੋਲੇ ਸੋ ਪਰਮ ਭੁਲਾਹੀ। ਸਭ ਕਿਛ ਘਰ ਮੇ ਬਾਹਰ ਨਾਹੀ, ਬਾਹਰ ਢੋਲੇ ਸੋਅਮ ਸੋ ਪਰਮ ਭੁਲਾਹੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਦੀ ਕਥਾ ਵਿਚਾਰ ਸਤਸੰਗ ਜੀ ਸ਼ੁਰੂ ਕਰਾਂਗੇ ਇੱਕ ਸਵਾਲ ਤੋਂ ਕਿ ਲਗਾਤਾਰ ਅਸੀਂ ਗੁਰਦੁਆਰਾ ਸਾਹਿਬ ਗੁਰੂ ਘਰ ਦੇ ਵਿੱਚ ਕੋਈ 10 ਸਾਲ ਤੋਂ, 5 ਸਾਲ ਤੋਂ, ਕੋਈ 20 ਸਾਲ ਤੋਂ, ਕੋਈ ਸਤਸੰਗ ਜੀ 40 ਸਾਲ ਤੋਂ, ਪਰ ਜੋ ਗੁਰਬਾਣੀ ਉਸ ਅਗੰਮੀ ਖੇਡ ਦੀ ਗੱਲ ਕਰਦੀ ਹੈ, ਉਹ ਪਰਮ ਤੱਤ, ਪਰਮ ਰਸ ਦੀ, ਪਰਮ ਚਾਨਣੇ ਦੀ ਗੱਲ ਕਰਦੀ ਹੈ ਕਿ ਉਹ ਖੇਡ ਸਾਡੀ ਜ਼ਿੰਦਗੀ ਦੇ ਵਿੱਚ ਬਣੀ ਹੈ ਜਾਂ ਨਹੀਂ। ਜੇ ਨਹੀਂ ਬਣੀ ਸਤਸੰਗ ਜੀ ਕਮੀ ਕਿੱਥੇ ਹੈ? ਮਹਾਰਾਜ ਦੀ ਬਾਣੀ ਦਾ ਫਰਮਾਨ ਹੈ, ਸੁਣੇ ਲਾਗੇ ਸਹਿਜ ਧਿਆਨ। ਪਰਮਾਤਮਾ ਦਾ ਨਾਮ ਸੁਣਦਿਆਂ ਨਾਲ ਹੀ ਸਹਿਜ ਹੀ ਧਿਆਨ ਲੱਗੇ, ਪਰ ਸਾਡਾ ਧਿਆਨ ਕਿਉਂ ਨਹੀਂ ਲੱਗ ਰਿਹਾ? ਕਮੀ ਕਿੱਥੇ ਹੈ? ਗੁਰੂ ਸਾਹਿਬਾਨ ਤਾਂ ਗਲਤ ਕਹਿ ਨਹੀਂ ਸਕਦੇ, ਫਿਰ ਕਮੀ ਸਾਡੇ 'ਚ ਹੈ। ਤਾਂ ਕਮੀ ਦੂਰ ਕਿਸ ਤਰ੍ਹਾਂ ਹੋਵੇਗੀ? ਅਗਰ ਅਸੀਂ ਸ਼ਬਦ ਦੀ ਵਿਚਾਰ ਕਰਾਂਗੇ, ਉਹ ਸ਼ਬਦ ਕਿਹੜਾ ਹੈ? ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ ਮੰਤਰ। ਨਿਤਨੇਮ ਦੀ ਬਾਣੀਆਂ ਦਾ ਪਾਠ ਅਸੀਂ ਰੈਗੂਲਰ ਕਰ ਰਹੇ ਹਾਂ, ਪਰ ਉਹ ਬਾਣੀ ਕਹਿ ਕੀ ਰਹੀ ਹੈ ਸਤਸੰਗ ਜੀ? ਉਹਦੇ ਵਿੱਚ ਸਮਝ ਬਹੁਤ ਘੱਟ ਜਿਹਨਾਂ ਨੂੰ ਆਉਂਦੀ। ਮੈਂ ਇੱਥੇ ਬੈਠ ਕੇ ਫਾਰਸੀ ਵਿੱਚ ਕਥਾ ਕਰਨਾ ਸ਼ੁਰੂ ਕਰਦੇ ਹਾਂ, ਸਤਸੰਗ ਜੀ ਹੋ ਸਕਦਾ ਚੰਦ ਲੋਕਾਂ ਨੂੰ ਸਮਝ ਆ ਜਾਵੇ, ਪਰ ਬਾਕੀ ਸਾਰਿਆਂ ਨੂੰ ਸਮਝ ਨਹੀਂ ਆਏਗੀ। ਅਗਰ ਮੈਨੂੰ ਸਮਝ ਨਹੀਂ ਆ ਰਹੀ ਤਾਂ ਮੇਰੇ ਅੰਦਰ ਗਿਆਨ ਕਿਸ ਤਰ੍ਹਾਂ ਪ੍ਰਗਟ ਹੋਵੇਗਾ? ਸੋ ਅਸੀਂ ਨਿਤਨੇਮ ਦੀ ਬਾਣੀ ਰੋਜ਼ ਪੜ੍ਹਦੇ ਹਾਂ, ਪਰ ਸਾਨੂੰ ਸਮਝ ਨਹੀਂ ਆ ਰਹੀ। ਉਹਦੇ ਵਿੱਚ ਕਮੀ ਕਿੱਥੇ ਹੈ? ਕਿ ਅਸੀਂ ਵਾਹਿਗੁਰੂ, ਵਾਹਿਗੁਰੂ ਸਿਮਰਨ ਦਾ ਜਾਪ ਨਹੀਂ ਕਰਦੇ। ਨੌਨਿਧ ਅੰਮ੍ਰਿਤ ਪ੍ਰਭ ਕਾ ਨਾਮ ਦੇਹੀ ਮੈਂ ਇਸਕਾ ਵਿਸ਼ਰਾਮ। ਜੋ ਨੌਨਿਧ ਅੰਮ੍ਰਿਤ ਪ੍ਰਭ ਦਾ ਨਾਮ ਹੈ ਦੇਹੀ ਵਿੱਚ ਹੈ, ਤਾਂ ਬੰਦੇ ਖੋਜ ਮਾਣ ਹਰ ਰੋਜ਼। ਫਿਰ ਖੋਜਣਾ ਕਿਹਨੂੰ ਪਏਗਾ? ਆਪਾਂ ਨੂੰ ਖੋਜਣਾ ਪਏਗਾ। ਰੋਜ਼ ਰੋਜ਼ ਅੰਮ੍ਰਿਤ ਵੇਲੇ ਉੱਠ ਕੇ ਕੀਤਾ ਹੋਇਆ ਸਿਮਰਨ, ਇਹਦੇ ਵਿੱਚ ਹੁਣ ਇੱਥੇ ਮੇਰੀ ਗੱਲ ਨੂੰ ਕਿਤੇ ਗਲਤ ਅੰਦਾਜ਼ੇ 'ਚ ਨਾ ਲੈ ਲਿਆ ਜਾਵੇ ਕਿ ਜੀ ਨਿਤਨੇਮ ਬਾਣੀ ਕਰਨ ਤੋਂ, ਪੜ੍ਹਨ ਤੋਂ ਜਾਂ ਵਰਜਿਤ ਕੀਤਾ ਜਾ ਰਿਹਾ। ਨਹੀਂ, ਭਾਵੇਂ ਬਾਣੀ ਸਮਝ ਨਹੀਂ ਆ ਰਹੀ, ਜਿਵੇਂ ਸਤਸੰਗ ਜੀ ਅਸੀਂ ਇੱਕ ਬਾਟੇ ਦੇ ਵਿੱਚ ਦੇਸੀ ਘਿਓ ਪਾ ਦਈਏ ਅਤੇ ਉਸ ਤੋਂ ਬਾਅਦ ਕੁਝ ਸਮੇਂ ਬਾਅਦ ਦੇਸੀ ਘਿਓ ਨੂੰ ਬਾਹਰ ਕੱਢ ਲਈਏ, ਬਾਟਾ ਥਿੰਦਾ ਜ਼ਰੂਰ ਹੋ ਜਾਂਦਾ। ਜਿਹੜਾ ਸਰੀਰ ਬਾਣੀ ਦਾ ਅਧਿਐਨ ਕਰਦਾ, ਬਾਣੀ ਪੜ੍ਹਦਾ, ਬਾਣੀ ਦੀ ਵਿਚਾਰ ਕਰਦਾ ਹੈ, ਉਹਦੇ ਅੰਦਰ ਕੁਝ ਨਾ ਕੁਝ ਸ਼ਾਂਤੀ ਪ੍ਰਗਟ ਹੋ ਜਾਂਦੀ। ਚੌਂਕ 'ਚ ਬੈਠੇ ਜੁੱਤੀਆਂ ਗੰਢ ਰਹੇ ਨੇ ਭਗਤ ਰਵਿਦਾਸ ਜੀ ਮਹਾਰਾਜ, ਸਾਰੇ ਮਦਰੱਸੇ, ਸਾਰੀਆਂ ਪਾਠਸ਼ਾਲਾ, ਸਾਰੇ ਸਕੂਲ, ਸਾਰੇ ਕਾਲਜ, ਸਾਰੀਆਂ ਯੂਨੀਵਰਸਿਟੀਆਂ ਉਸ ਸਮੇਂ ਦੀਆਂ ਬੰਦ ਨੇ। ਮੈਂ ਬੇਨਤੀ ਕਰਾਂਗਾ ਕਿ ਜੋ ਮਾਇਆ ਹੈ ਸਿਰਫ ਗੁਰੂ ਦੀ ਗੋਲਕ ਦੇ ਵਿੱਚ, ਅਗਰ ਹਜੇ ਤੱਕ ਜ਼ਰੂਰਤ ਨਹੀਂ ਹੈ, ਅਗਰ ਜ਼ਰੂਰਤ ਹੋਈ ਤਾਂ ਮੰਗ ਕੇ ਲਈ ਜਾ ਸਕਦੀ ਹੈ। ਸੋ ਖਿਆਲਾਂ ਦੀ ਡਿਸਟਰਬੈਂਸ ਹੁੰਦੀ ਹੈ, ਸੋ ਮੇਰੀ ਬੇਨਤੀ ਇੰਨੀ ਕਬੂਲ ਕਰਨਾ ਕਿ ਮਾਇਆ ਦਾ ਦਾਨ ਨਾ, ਜੇ ਲੋੜ ਹੋ ਵੀ ਮੰਗ ਕੇ ਲਈ ਜਾ ਸਕਦੀ। ਤਾਂ ਭਗਤ ਰਵਿਦਾਸ ਜੀ ਮਹਾਰਾਜ ਚੌਂਕ 'ਚ ਬੈਠੇ ਜੁੱਤੀਆਂ ਗੰਢ ਰਹੇ ਨੇ, ਫਿਰ ਵੀ ਉਹ ਰਾਗਾਂ ਦੇ ਵਿੱਚ ਬਾਣੀ ਨੂੰ ਉਚਾਰਨ ਕਰ ਰਹੇ ਨੇ। ਉਹ ਗਿਆਨ ਕਿੱਥੋਂ ਪ੍ਰਗਟ ਹੋਇਆ? ਇਹਦਾ ਮਤਲਬ ਇਹ ਹੈ ਕਿ ਗਿਆਨ ਅੰਦਰੋਂ ਪ੍ਰਗਟ ਹੋ ਰਿਹਾ। ਸਾਰੀ ਗੁਰਬਾਣੀ ਨਾਮ ਦੇ ਇਰਦ ਗਿਰਦ ਪਰਿਕਰਮਾ ਕਰ ਰਹੀ ਹੈ, ਪਰ ਅਸੀਂ ਆਪਣੇ ਹੀ ਵਿਵਾਦ ਖੜ੍ਹੇ ਕੀਤੇ ਹੋਏ ਨੇ, ਪਤਾ ਨਹੀਂ ਕਿਸ ਕਿਸ ਤਰ੍ਹਾਂ ਦੇ। ਨਾਮ ਦੀ ਗੱਲ ਨਹੀਂ ਹੋ ਰਹੀ, ਜੋ ਨਾਮ ਦੀ ਗੱਲ ਹੋਣੀ ਚਾਹੀਦੀ ਉਹ ਨਹੀਂ ਹੋ ਸਕੀ। ਕਿਉਂ? ਕਿਉਂਕਿ ਨਾਮ ਵਿਸਰ ਚੁੱਕਾ ਹੈ। ਸਿਮਰਨ ਦੇ ਅੱਖਰੀ ਅਰਥ ਕੀ ਨੇ? ਯਾਦ ਕਰਨਾ। ਅਤੇ ਯਾਦ ਕਿਹਨੂੰ ਕਰਨਾ ਜੋ ਭੁੱਲ ਗਿਆ? ਜੋ ਚੇਤੇ ਆ ਉਹਨੂੰ ਕਿਉਂ ਯਾਦ ਕਰਨਾ? ਪੁੱਤਰ ਆਪਣੇ ਆਪ ਯਾਦ ਆਉਂਦਾ, ਧੀ ਆਪਣੇ ਆਪ ਯਾਦ ਆ ਰਹੀ ਹੈ, ਪਤਨੀ ਆਪਣੇ ਆਪ ਯਾਦ ਆ ਰਹੀ ਹੈ, ਪਰ ਪਰਮਾਤਮਾ ਨੂੰ
कथा करो जी, कीर्तन करो। क्यों? क्योंकि परमेश्वर विसर गया, परमेश्वर भुल गए ना, और ता ही असी दुखी हैं। आप कभी भी किसी नू, किसी गऊ नू, जां किसी पशु पक्षी नू देख लो, देखा कि चिंता दे विच जां डिप्रैशन दे विच चली गई होगी। मैं एक डॉक्टर वजों कार्य सेवा निभा रहा, पर मैंने अज तक कभी नहीं देखा भी कोई पशु या पक्षी वो डिप्रैशन में चला गया हो या पागल हो गया हो। पर इंसान दे ही बच्चे ने जां इंसानी खुद पुरख इस्त्रियां ये पागलपन का शिकार ज़्यादा हो रही है। और जे आंकड़िया का अध्ययन करिए तो इस्त्रियों के नालों पुरख ज़्यादा पागलपन का शिकार ने। क्यों? क्योंकि पुरख जल्दी जल्दी रोंदे नहीं, और जे रोंदे नहीं तो फिर ये साइंटिफिक तौर पर कि फिर उन्होंने जो दुख है अंदर बहुत ज़्यादा वादा रहा, और उन्होंने पागलपन का डिप्रैशन भी जान का शिकार ज़्यादा हो जाते। पर सिमरन करद्या करद्या इन गलों का भेद आता। सो अज व्याख्या करा सुरत की यात्रा, सुरत ने किन्ना किन्ना पड़ावों तो लंघ के जाना, सिमरन किस किस तरह करना, सो तुश बुझी अनुसार थोड़े सामने पेश रखा जी। सब तो पहला जो भी असी इतों कितने जाना है तो सानू रस्ते के पड़ाव दस देंगे असी कितों तक पहुँच गए, रस्ते दे लगे साइन बोर्ड सानू दस देंगे असी कितों तक पहुँचे। तो गुरु साहिबान एक सवाल होर खड़ा हो जाता सिख जगत दे विच कि जिन्हें भी अवतारी पुरश होए ने पहला, भावें श्री रामचंद्र सी, कृष्ण सी, द्वापर दे विच, त्रेते दे विच, फिर कलयुग दे विच परमेश्वर ने दस रूपों प्रगट करिया। ये सवाल खड़ा होंदा, मैनू किसी ब्राह्मण ने सवाल पूछा सी, क्योंकि मैंने लेटेस्ट मौका मिलिया सी गुजरात में कथा करन दा, तो उत्थे मैनू उन्हें सवाल कढ़िया सी। वो ये भी गल कहिंदा सी, कहिंदा कि गुरु नानक देव को तो संस्कृत भी नहीं आती, कि साडे पैगंबर ने यह गल कही है, उसने निर्भय को निर्भौ लिखा है, आपके गुरु नानक को तो हिंदी भी नहीं आती, संस्कृत भी नहीं आती, उन्हें इस तरह गल की। तो मैं थोड़ा जिहा तुश बुद्धि अनुसार थोड़ी जी व्याख्या रखांगा, क्योंकि शंके ते सवाल प्रगट हो जाते हैं। क्योंकि कई बार की करता है जिहड़ा पुत हुंदा ना, अपने प्यो नूं भी कहिंदा चल तू हुण घोड़ा बन, मैं तेरे उपर बैठदा, फिर प्यार च आया प्यो बनदा जी। तो इस तरह सिख कई बार प्यार दे विच आण के ना गुरु उपर भी शंके करने शुरू कर दिंदा कि गुरु इस तरह ठीक नहीं है, आ दसम ग्रंथ की बाणी थोड़ी नहीं है, असीं गुरु उपर शंके करदे हां, मैं माफ़ी महिला मंग लैंदा, शंके खड़े हो जाते हैं। और शंकियां की निपति किवें होगी, जां तां खुद सिमरन करिए पहला, उस अध्यात्मिक अवस्था तक पहुँचिए और इतिहास का अध्ययन करिए। सो ज्ञान नहीं हुंदा इस करके फिर शंके प्रगट होने शुरू हो जाते हैं। और शंके एक दिन इस तरह करते हैं, रुकिया हुआ पानी जिवें बदबूदार हो जाता है, रुकी हुई सुरत भी बदबूदार हो जाती। रावण की सुरत रुक चुकी सी, चार वेदों का ज्ञानी सी, पर सुरत रुक गई। कहिंदे ने जी काल उन्हें पावे ना बन लिया सी, नहीं, काल पावे नाल नहीं बनया सी, जो परमात्मा की भगत करते हैं उन्हां दी दुनिया दे विच समा नहीं हुंदा, समा रुक जाया करदा। असी रोज़ इस चीज़ का प्रैक्टिकल करते हैं कि जिस तरह असी बहुत ही स्वादिष्ट भोजन की बुरकी मुँह दे विच पाने हैं तो साडे सारे ही ज्ञान इंद्रिय काम करना बंद कर देंदे ने, एकदम च रस नाल भरपूर हो जाने। कोई बड़ी ही संगीतक धुन कन्नां दे विच पई है तो यह सरवण ने जो ये फिर मदर हो जाते, मस्त हो जाते। ये नासका ने बड़ी ही सोहनी सुगंध नू अंदर इनहेल किया तो एकदम ये शांत हो जाएगी, वो रस परम तत् और रस की झलक मिलेगी। पर किन्ना वधिया होवे कि ये रस है जो कदे खत्म ही ना हो, बेअंत रस हो, लगातार चलता रहे। तो फिर की करना पेगा, ए बंदे खोज मान हर रोज़, कहे कबीर सुनो रे रोई, हमरा झगड़ा रहा ना कोई। कबीर जी ने झगड़ा तो अपना इस तरह मुका ले कि साडा कोई झगड़ा नहीं, क्यों? साडे अंदर झगड़ा चल पिया, मन दे नाल झगड़ा चल पिया। गुरु गोबिंद सिंह जी महाराज भी कहिंदे ने कि खालसा उही है जो रोज़ जंग करे। तो साहिबे कमाल दा ये फरमान है कि खालसा उही है जो जंग करे, तो जंग किंदे ना करिए जो अपने मन ना करे, क्योंकि मन रोज़ जितेगा रोज़ हारेगा। क्योंकि शरीर दे तकरीबन 9 भाग सुते पे ने, 1 भाग जागता है जिंदे नाल असी रोज़ का कार व्यवहार करते हैं।
ਸੋ ਕਿਸੇ ਬੰਦੇ ਦਾ ਮਨ ਬਣ ਗਿਆ ਕਿ ਨਹੀਂ ਜੀ ਅਸੀਂ ਅੱਜ ਤੋਂ ਬਾਅਦ ਕੋਈ ਗਲਤ ਕੰਮ ਨਹੀਂ ਕਰਨਾ, ਅਤੇ ਇਹ ਨੌ ਭਾਗ ਮਿਲ ਕੇ ਉਹਨੂੰ ਹਰਾ ਦੇਣਗੇ, ਉਹ ਕੱਲ੍ਹ ਨੂੰ ਫਿਰ ਇਹੀ ਗਲਤ ਕੰਮ ਕਰੇ ਤਾਂ ਇਹ ਜੰਗ ਚੱਲੇਗੀ। ਜਦੋਂ ਰੋਜ਼ ਮਨ ਦੇ ਨਾਲ ਜੰਗ ਚੱਲਦੀ ਰਹੇਗੀ, ਸ਼ਬਦ ਦੀ ਵਿਚਾਰ ਹੁੰਦੀ ਰਹੇਗੀ, ਸਿਮਰਨ ਚੱਲਦਾ ਰਹੇਗਾ, ਫਿਰ ਦੋਨਾਂ ਦੇ ਵਿੱਚੋਂ ਇੱਕ ਜਿੱਤ ਜਾਏਗਾ, ਜਾਂ ਤੁਸੀਂ ਜਿੱਤ ਜਾਓਗੇ, ਮਨ ਜਿੱਤ ਜਾਏਗਾ। ਪਰ ਧਿਆਨ ਰਹੇ ਇਹ ਸੁਰਤ ਰੁਕੇ ਨਾ, ਕਿਉਂਕਿ ਜੇ ਸੁਰਤ ਰੁਕ ਜਾਂਦੀ ਹੈ ਤਾਂ ਇਤਿਹਾਸ ਗਵਾਹੀ ਇਸ ਚੀਜ਼ ਦੀ ਭਰਦਾ ਕਿ ਪੰਜ ਵਕਤ ਦਾ ਪੱਕਾ ਨਮਾਜ਼ੀ ਕਾਜ਼ੀ, ਹਾਲਾਂਕਿ ਇਸਲਾਮ ਜਗਤ ਦੇ ਵਿੱਚ ਸ਼ਰੀਅਤ ਦੇ ਖਿਲਾਫ਼ ਹੈ ਕਿ ਕਿਸੇ ਬੱਚੇ ਦਾ ਖੂਨ ਨਹੀਂ ਡੁੱਲਣਾ ਚਾਹੀਦਾ, ਕੁਰਾਨ ਪਾਕ ਇਸ ਚੀਜ਼ ਦੀ ਅਲਾਓ ਨਹੀਂ ਕਰਦਾ। ਜੇ ਦੇਖਿਆ ਜਾਵੇ ਨਾ, ਧਰਮ ਗ੍ਰੰਥ ਸਾਰੇ ਦੇ ਸਾਰੇ ਇਹ ਪਰੂਫ ਕਰ ਰਹੇ ਨੇ ਕਿ ਪਰਮਾਤਮਾ ਇੱਕ ਹੈ। ਕੁਰਾਨ ਪਾਕ ਇਲ ਇਲਾਹੀ ਇਲ ਅਲਾਹ, ਉਹ ਪਰਮੇਸ਼ੁਰ ਇੱਕ ਹੈ। ਬਾਈਬਲ ਦੇ ਵਿੱਚ ਐਨਰਜੀ ਡੈਫੀਨੇਸ਼ਨ ਦੇ ਰੱਖੀ ਹੈ, ਦਾ ਗੋਡ ਇਜ਼ ਨੈਦਰ ਬੀ ਕ੍ਰੀਏਟਰ ਨੋਰ ਬੀ ਡਿਸਟਰੋਇਰ, ਓਨਲੀ ਕਨਵਰਟ ਵਨ ਫਾਰਮ ਟੂ ਅਨਦਰ। ਬਾਈਬਲ ਭਗਵਤ ਗੀਤਾ ਦੇ 18 ਅਧਿਆਏ ਨੇ, ਤਕਰੀਬਨ 700 ਦੇ ਕਰੀਬ ਸ਼ਲੋਕ ਨੇ, ਉਹ ਵੀ ਸਾਰੇ ਇਹੀ ਦੱਸ ਰਹੇ ਨੇ। ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਬਾਣੀ ਦੀ ਸ਼ੁਰੂਆਤ ਹੀ ਹੁੰਦੀ ਹੈ ਇੱਕ ਓਅੰਕਾਰ, ਇੱਕ ਹੈ। ਫਿਰ ਗੁਰੂ ਨਾਨਕ ਜੋ ਓਅੰਕਾਰ ਸ਼ਬਦ ਹੈ ਨਾ ਜੀ, ਜੇ ਵਿਆਕਰਨ ਦੇ ਬੋਧੀ ਬੈਠੇ ਹੋਣ ਤਾਂ ਉਹਨਾਂ ਨੂੰ ਸਮਝ ਆ ਜਾਏਗਾ ਕਿ ਇੱਕ ਓਅੰਕਾਰ ਸ਼ਬਦ ਹੈ ਨਾ, ਓਅੰਗ ਓਅੰਗ ਪਹਿਲਾਂ ਵੀ ਜਪਿਆ ਕਰਦੇ ਜਾਇਆ ਕਰਦਾ ਸੀ, ਇਹ ਸਾਰਾ ਸਨਾਤਨ ਮਤ ਤੋਂ ਲਿਆ ਗਿਆ ਸ਼ਬਦ ਓਅੰਕਾਰ। ਓਅੰਕਾਰ ਨਹੀਂ ਓਅੰਗ, ਜਿਹਨੂੰ ਅਸੀਂ ਓਮ ਨਮ ਸ਼ਿਵਾਏ ਵੀ ਕਹਿੰਦੇ ਹਾਂ, ਉਹ ਸ਼ਿਵ ਸ਼ੰਕਰ ਦਾ ਰਜੋਗੁਣੀ ਦਾ ਉਪਾਸ਼ਕ ਹੈ। ਤਾਂ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਇਹਨਾਂ ਦੇ ਅੱਗੇ ਲਾਇਆ ਇੱਕ, ਕਿਉਂ? ਕਿਉਂਕਿ ਜਿਹੜੀਆਂ 10 ਜੋਤਾਂ ਪ੍ਰਗਟ ਹੋਈਆਂ ਨੇ, ਪਰਮਾਤਮਾ ਨੇ 10 ਰੂਪ ਧਾਰਨ ਕਰੇ ਨੇ, ਇਹਨਾਂ ਦਾ ਇੱਕ ਖਾਸ ਮਕਸਦ ਹੈ ਜੀ, ਇਹਨਾਂ ਦਾ ਇੱਕ ਖਾਸ ਮਕਸਦ ਹੈ। ਅਗਰ ਆਪਾਂ ਅਧਿਐਨ ਕਰੀਏ, ਮੈਂ ਬਾਹਲੀ ਇਤਿਹਾਸ ਦੀ ਵਿਚਾਰ ਤਾਂ ਨਾ ਕਰਾਂ ਕਿਉਂਕਿ ਸਾਰੇ ਭਲੀ ਭਾਂਤ ਜਾਣਦੇ ਨੇ, ਤਾਂ ਮੈਂ ਇੱਕ ਮੋਟੇ ਮੋਟਾ ਉੱਪਰ ਦੀ ਉੱਪਰ ਥੋੜ੍ਹਾ ਥੋੜ੍ਹਾ ਤੁਸ਼ ਬੁੱਧੀ ਅਨੁਸਾਰ। ਤਾਂ ਗੁਰੂ ਜਿੰਨਾ ਵੀ ਪੁਰਾਣਾ ਸਨਾਤਨਵਾਦ ਧਰਮ ਸੀਗਾ, ਉਹ ਸਾਰੇ ਦਾ ਸਾਰਾ ਉਹਨਾਂ ਨੇ ਕੀ ਕਰ ਰੱਖਿਆ ਸੀ, ਧਰਮ ਮੰਦਰਾਂ ਦੇ ਦਰਵਾਜ਼ੇ ਬੰਦ ਸਨ, ਜੇ ਸ਼ੂਦਰ ਹੈ ਤਾਂ ਸ਼ੂਦਰ ਹੀ ਰਹੇਗਾ, ਜੇ ਬ੍ਰਾਹਮਣ ਹੈ ਤਾਂ ਬ੍ਰਾਹਮਣ ਹੀ ਰਹੇਗਾ। ਵਰਨ ਵੰਡ ਸੀ, ਵਰਨ ਦੇ ਅੱਖਰੀ ਅਰਥ ਬਣਦੇ ਨੇ ਠੋਸ, ਅਸੀਂ ਠੋਸ ਕਰਤਾ। ਪਰਮਾਤਮਾ ਦੀ ਦੁਨੀਆ ਵਿੱਚ ਇਹ ਹੁਕਮ ਨਹੀਂ ਹੈ, ਜਿਹੜਾ ਅੱਜ ਅਮੀਰ ਹੈ ਉਹ ਕੱਲ੍ਹ ਨੂੰ ਗਰੀਬ ਹੋ ਸਕਦਾ, ਜਿਹੜਾ ਕੱਲ੍ਹ ਨੂੰ ਗਰੀਬ ਉਹ ਮਿਹਨਤ ਕਰਕੇ ਅਮੀਰ ਹੋ ਸਕਦਾ, ਜਿਹੜਾ ਅੱਜ ਅਗਿਆਨੀ ਹੈ ਕੱਲ੍ਹ ਨੂੰ ਸੰਤ ਬਣ ਸਕਦਾ। ਪਰਮਾਤਮਾ ਦਾ ਹੁਕਮ ਹੈ, ਹੁਕਮੇ ਅੰਦਰ ਸਭ ਕੋ, ਬਾਹਰ ਹੁਕਮ ਨਾ ਕੋਈ, ਨਾਨਕ ਹੁਕਮੇ ਜੇ ਬੁੱਝੇ ਤਾਂ ਹੋਮੇ ਕਹੇ ਨਾ ਕੋ, ਉਹਦੀ ਹੋਮੇ ਖਤਮ ਹੋ ਜਾਂਦੀ, ਪਰ ਗੱਲ ਹੈ ਹੁਕਮ ਦੀ। ਕੋਈ ਵੀ ਪਸ਼ੂ ਪਕਸ਼ੀ, ਕੋਈ ਵੀ ਬਾਹਰ ਜਿੰਨੇ ਵੀ ਜਾਨਵਰ ਨੇ, ਉਹ ਤੁਹਾਨੂੰ ਚਿੰਤਾ ਦੇ ਵਿੱਚ ਨਹੀਂ ਮਿਲਣਗੇ, ਕਿਉਂ? ਹੁਕਮ ਦੇ ਵਿੱਚ ਨੇ ਉਹ। ਮਰ ਜਾਏਗਾ ਸ਼ੇਰ ਪਰ ਕਦੇ ਘਾਸ ਨਹੀਂ ਖਾਏਗਾ, ਮਰ ਜਾਏਗੀ ਬੱਕਰੀ ਪਰ ਕਦੇ ਮਾਸ ਨਹੀਂ ਖਾਏਗੀ, ਹੁਕਮ 'ਚ ਹੈ। ਪਰ ਇੱਕ ਇਨਸਾਨ ਹੈ ਜਿਹੜਾ ਹੁਕਮ 'ਚ ਨਹੀਂ ਹੈ, ਇਸੇ ਕਰਕੇ ਦੁਖੀ ਹੈ। ਇਹ ਸਾਰੀ ਕਥਾ ਵਿਚਾਰ, ਗੁਰਬਾਣੀ ਕੀਰਤਨ, ਗੁਰਬਾਣੀ ਵਿਆਖਿਆ ਕਿਸ ਵਾਸਤੇ ਹੈ? ਤਾਂ ਕਿ ਸਾਡਾ ਮਨ ਇੱਕ ਸੈਕਿੰਡ ਵਿੱਚ ਆ ਜਾਵੇ, ਇੱਕ ਛਿਨ ਵਿੱਚ ਆ ਜਾਵੇ। ਕਿਉਂਕਿ ਵਰਤਮਾਨ ਦਾ ਜਿਹੜਾ ਸਮਾਂ ਬਹੁਤ ਥੋੜ੍ਹਾ ਹੈ, ਔਰ ਜੇ ਵਰਤਮਾਨ ਦਾ ਸਮਾਂ ਬਹੁਤ ਥੋੜ੍ਹਾ ਹੈ ਤਾਂ ਫਿਰ ਵਰਤਮਾਨ ਦੇ ਵਿੱਚ ਨਾ ਸੁੱਖ ਹੈ ਨਾ ਦੁੱਖ ਹੈ, ਕਿਉਂਕਿ ਵਰਤਮਾਨ ਦਾ ਸਮਾਂ ਬਹੁਤ ਥੋੜ੍ਹਾ ਹੈ। ਸੁੱਖ ਦੂਤਾਂ ਜਾਂ ਸੁੱਖ ਇਸ ਤੁਹਾਡੇ ਸਾਹਮਣੇ ਇੱਕ ਮਿੱਟੀ ਦਾ ਢੇਰ ਲੱਗਿਆ ਹੋਇਆ, ਤਾਂ ਮੈਂ ਕੋਈ ਜਗ੍ਹਾ ਘੇਰੀ ਬੈਠਾ ਜੀ, ਕਿਉਂਕਿ ਮੇਰੇ ਤਨ ਨੇ ਜਗ੍ਹਾ ਘੇਰੀ ਹੈ, ਸਾਰਿਆਂ ਤਨ ਜਗ੍ਹਾ ਘੇਰਦੇ ਨੇ। ਤਾਂ ਇਸ ਤਨ ਨੂੰ ਚੱਲਣ ਫਿਰਨ ਵਾਸਤੇ ਕੀ ਚਾਹੀਦਾ ਹੈ? ਭੂਮੀ ਚਾਹੀਦੀ, ਧਰਤੀ ਚਾਹੀਦੀ ਹੈ। ਇਸ ਮਨ ਨੂੰ ਭਟਕਣ ਵਾਸਤੇ ਵੀ ਚਾਹੀਦਾ ਕੀ? ਸਮਾਂ ਚਾਹੀਦਾ। ਮਨ ਹਮੇਸ਼ਾ ਜਾਂ ਤਾਂ ਆਉਣ ਵਾਲੇ ਸਮੇਂ ਵਿੱਚ ਰਹਿੰਦਾ ਜਾਂ ਪਿੱਛੇ ਲੰਘ ਗਿਆ ਸਮੇਂ, ਇਸ ਤਰ੍ਹਾਂ ਹੀ ਚੱਲਦਾ ਰਹਿੰਦਾ, ਕਦੇ ਵੀ ਮਨ ਵਰਤਮਾਨ ਦੇ ਵਿੱਚ ਨਹੀਂ ਆਉਂਦਾ। ਮੈਂ ਮਾਫ਼ੀ ਮੰਗਦਾ ਜੀ ਸਭ ਤੋਂ, ਇੰਨੇ ਸਾਰੇ ਬੈਠੇ ਹੋ, ਕੋਈ ਵਿਰਲਾ ਜਨ ਹੋਵੇਗਾ ਜੋ ਇਸ ਟਾਈਮ ਇੱਥੇ ਬੈਠਾ, ਨਹੀਂ ਤਾਂ ਮੇਰੀ ਕਥਾ ਦੇ ਨਾਲ ਉਹਨਾਂ ਦਾ ਮਨ ਚੱਲ ਰਿਹਾ ਨੇ, ਉਹਨਾਂ ਦੇ ਨਾਲ ਮਨ ਨਾਲ ਦੀ ਨਾਲ ਵਿਆਖਿਆ ਕਰਨਾ ਸ਼ੁਰੂ ਕੀਤੀ ਹੋਈ, ਮਨ ਇਸ ਤਰ੍ਹਾਂ ਆਉਂਦਾ ਜੀ, ਇਸ ਤਰ੍ਹਾਂ ਆਉਂਦਾ, ਇਸ ਤਰ੍ਹਾਂ ਆਉਂਦਾ, ਇਸ ਤਰ੍ਹਾਂ। ਕਿਉਂ? ਕਿਉਂਕਿ ਮਨ ਹੈ, ਮਨ ਦਾ ਕੰਮ ਹੈ ਭਟਕਣਾ। ਪਰਮਾਤਮਾ ਨੇ ਇੱਕ ਇਹੀ ਤਾਂ ਦੇ ਵਿੱਚ ਇੱਕ ਪਾਰਖ ਹੈ, ਚੱਕਰ ਚਹਿਨ ਔਰ ਵਰਨ ਜਾਤ, ਇਹੀ ਤਾਂ ਚੱਕਰ ਹੈ। ਇਸ ਮਨ ਤੋਂ ਉੱਪਰ ਉੱਠ ਕੇ ਉਸ ਪਰਮਾਤਮਾ ਨੂੰ ਮਿਲਣਾ ਜੋ ਪਰਮ ਤੱਤ ਹੈ, ਔਰ ਅਸੀਂ ਆਕਾਰ ਦੇ ਪੁਜਾਰੀ ਨਹੀਂ, ਅਸੀਂ ਨਿਰੰਕਾਰ ਦੇ ਪੁਜਾਰੀ, ਅਸੀਂ ਸ਼ਬਦ ਗੁਰੂ ਦੇ ਪੁਜਾਰੀ। ਪਰ ਬਹੁਤੇ ਸਿੱਖ ਫਿਰ ਵੀ ਆਕਾਰਾਂ ਨਾਲ ਜੁੜਦੇ ਜਾ ਰਹੇ ਨੇ। ਇਸ ਕਰਕੇ ਸ਼ਬਦ ਦੀ ਵਿਚਾਰ ਬਹੁਤ ਲਾਜ਼ਮੀ ਹੈ। ਸੋ ਮੈਂ ਮੁਕਤਸਰ ਆਪਣੇ ਟੋਪਿਕ 'ਤੇ ਆਵਾਂ, ਤਾਂ ਸਾਰੇ ਦੇ ਸਾਰੇ ਧਰਮ ਗ੍ਰੰਥ ਨੇ ਉਹ ਇੱਕ ਦੀ ਗੱਲ ਕਰ ਰਹੇ ਨੇ, ਔਰ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਇੱਕ ਓਅੰਕਾਰ, ਇੱਕ
ਤੇ ਓਅੰਕਾਰ ਕਾਰ ਕਾਰ ਤੇ ਇੱਕ ਇਹ ਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਬਖਸ਼ਿਸ਼ ਹੈ। ਇਸ ਮੰਤਰ ਨੂੰ ਉਹਨਾਂ ਨੇ ਸੰਪੂਰਨ ਕੀਤਾ ਇੱਕ ਓਅੰਕਾਰ। ਇੱਕ ਓਅੰਕਾਰ ਸਿਰਫ ਇੰਨਾ ਨਹੀਂ ਕਿ ਲਿਖ ਲਿਆ ਦੇਖ ਲਿਆ ਪੜ੍ਹ ਲਿਆ ਬਸ ਅੱਗੇ ਲੰਘੇ, ਨਹੀਂ, ਇੱਕ ਓਅੰਕਾਰ ਨੂੰ ਕਿਤੇ ਗੌਰ ਮੁਤਾਲਾ ਕਰਕੇ ਦੇਖੋ, ਸਾਰੇ ਦਾ ਸਾਰਾ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਇੱਕ ਇੱਕ ਓਅੰਕਾਰ ਨੂੰ ਖੋਲ ਰਿਹਾ। ਜੋ ਵਿਆਕਰਨ ਦਾ ਭੇਦ ਰੱਖਦੇ ਹੋਣਗੇ ਸਮਝ ਆ ਗਈ ਹੋਵੇਗੀ। ਇੱਕ ਕਿਉਂ ਕਿਹਾ ਗਿਆ ਉਹਨਾਂ ਨੂੰ ਪਰਮੇਸ਼ਵਰ ਇੱਕ ਕਿਉਂ ਹੈ? ਕਿਉਂ? ਕਿਉਂਕਿ ਜਿੰਨੇ ਵੀ ਜੀਵ ਉਸ ਤੋਂ ਆ ਰਹੇ ਨੇ ਉਹ ਇੱਕ ਹੈ। ਜੇ ਝਲਮਿਲ ਸਿੰਘ ਦੁਨੀਆਂ 'ਤੇ ਉਹਨੇ ਇੱਕ ਪ੍ਰਗਟ ਕੀਤਾ, ਦੂਜਾ ਝਲਮਿਲ ਸਿੰਘ ਦੁਨੀਆਂ 'ਤੇ ਨਹੀਂ ਹੈ। ਤੁਸੀਂ ਇੰਨੇ ਸਾਰੇ ਬੈਠੇ ਹੋ, ਤੁਸੀਂ ਸਾਰੇ ਇੱਕ ਇੱਕ ਹੋ। ਤੁਹਾਡੇ ਵਰਗਾ ਇਸ ਦੁਨੀਆਂ 'ਤੇ ਇਨਸਾਨ ਦੂਸਰਾ ਨਹੀਂ ਹੈ। ਹਾਂ, ਹੋ ਸਕਦਾ ਕਿ ਸ਼ਕਲ ਮਿਲਦੀ ਹੋਵੇ ਪਰ ਬੁੱਧੀ ਨਹੀਂ ਮਿਲੇਗੀ, ਬੁੱਧੀ ਨਹੀਂ ਮਿਲੇਗੀ। ਇਸ ਕਰਕੇ ਉਹ ਇੱਕ ਹੈ। ਸਾਹਿਬ ਮੇਰਾ ਨੀਤ ਨਵਾਂ। ਜਿਸ ਸਤਸੰਗ ਜੀ ਮੈਂ ਮਾਫ਼ੀ ਮੰਗਲਾ, ਪਰਮਾਤਮਾ ਪੁਰਾਣੇ ਹੁੰਦੇ ਨਾ ਤਾਂ ਹੋ ਸਕਦਾ ਉਹਦੇ ਭਗਤ ਵੀ ਨਾ ਹੁੰਦੇ, ਕਿਉਂਕਿ ਇਨਸਾਨ ਦੀ ਬੁੱਧੀ 'ਚ ਹਰ ਟਾਈਮ ਨਵੀਂ ਗੱਲ ਜਾਣਨ ਦੀ ਇੱਛਾ ਰਹਿੰਦੀ, ਹਰ ਟਾਈਮ ਨਵੀਂ। ਤੁਸੀਂ ਕੋਈ ਵੀ ਸੰਗੀਤਕ ਤੁਹਾਨੂੰ ਕੋਈ ਵੀ ਕੀਰਤਨ ਤੁਸੀਂ ਰੋਜ਼ ਰੋਜ਼ ਸੁਣ ਰਹੇ ਹੋ, ਉਹਦਾ ਰਸ ਬੇਰਸੀ 'ਚ ਬਦਲ ਜਾਏਗਾ, ਸੰਪੂਰਨ ਨਹੀਂ ਹੋ ਸਕਦਾ। ਉਹਦਾ ਰਸ ਹੈ ਜੋ ਬੇਰਸੀ ਵਿੱਚ ਬਦਲਦੇਗਾ। ਤੁਸੀਂ ਅੱਜ ਸੁਣ ਰਹੇ ਹੋ ਆਨੰਦ ਬਹੁਤ ਆਇਆ, ਦੂਜੇ ਦਿਨ ਸੁਣੋਗੇ ਆਨੰਦ ਬਹੁਤ ਆਇਆ, ਤੀਜੇ ਦਿਨ ਉਹੀ ਰਸ ਘੱਟਦਾ ਜਾਏਗਾ, ਕਿਉਂਕਿ ਜੋ ਇਨਸਾਨ ਦੀ ਬੁੱਧੀ ਹੈ। ਵੈਸੇ ਇੱਕ ਸੂਫੀ ਫਕੀਰ ਵੀ ਇਹ ਗੱਲ ਕਹਿੰਦਾ ਇਸਲਾਮੀ ਜਗਤ ਦੇ ਵਿੱਚ ਕਿ ਪਹੁੰਚੇ ਥੇ ਮੰਜ਼ਲੇ ਮਕਸੂਦ ਤੱਕ ਤਬ ਜਬ ਦਰਵਾਜ਼ੇ ਅਕਲ ਸੇ ਗੁਜ਼ਰੇ। ਮੈਂ ਉਸ ਪਰਮਾਤਮਾ ਦੇ ਦਰ 'ਤੇ ਤਾਂ ਪਹੁੰਚਿਆ ਜਦੋਂ ਮੈਂ ਆਪਣੀ ਅਕਲ ਨੂੰ ਵੀ ਸਾਈਡ 'ਤੇ ਰੱਖ ਲਿਆ। ਅਤੇ ਸਤਸੰਗ ਜੀ, ਅਕਲ ਇੱਥੇ ਤਾਂ ਕੰਮ ਦੇ ਸਕਦੀ ਹੈ, ਤੁਸੀਂ ਆਪਣਾ ਵਪਾਰ ਤਾਂ ਚਲਾ ਸਕਦੇ ਹੋ, ਅਕਲ ਉਹਦੇ ਦਰਬਾਰ 'ਤੇ ਨਹੀਂ ਚੱਲਦੀ। ਹੁਣ ਛੋਟਾ ਬੱਚਾ ਹੈ, ਕਹਿੰਦੇ ਰੱਬ ਦਾ ਰੂਪ ਹੈ, ਉਹਦੇ ਕੋਲ ਤਾਂ ਕੋਈ ਸਮਝ ਨਹੀਂ ਹੈ, ਉਹਨੂੰ ਫਿਰ ਅਸੀਂ ਰੱਬ ਦਾ ਰੂਪ ਕਹਿੰਦੇ ਹਾਂ, ਉਹਦੇ ਕੋਲ ਤਾਂ ਕੋਈ ਬੁੱਧੀ ਨਹੀਂ ਹੈ। ਤਾਂ ਪਰਮ ਸਿਆਣਾ ਮਨੁੱਖ ਕਹਿ ਸਕਦੇ ਹਾਂ ਕਿ ਆਪਣੇ ਹੀ ਚੱਕਰਾਂ ਵੀ ਉਹਦੇ ਵਿੱਚ ਉਲਝ ਜਾਂਦੇ। ਪਹੁੰਚੇ ਥੇ ਮੰਜ਼ਲੇ ਮਕਸੂਦ ਤੱਕ ਤਬ ਜਬ ਦਰਵਾਜ਼ੇ ਅਕਲ ਸੇ ਗੁਜ਼ਰੇ। ਜਦੋਂ ਮੈਂ ਅਕਲ ਦੇ ਦਰਵਾਜ਼ੇ ਨੂੰ ਅੱਗੇ ਲੰਘ ਗਿਆ, ਮਤਲਬ ਆਪਣੀ ਅਕਲ ਨੂੰ ਪਿੱਛੇ ਛੱਡਦਾ, ਫਿਰ ਉਹ ਪਰਮਾਤਮਾ ਦਰਸ਼ਨ ਮਿਲਿਆ। ਇਸ ਤਰ੍ਹਾਂ ਨਹੀਂ, ਅਗਰ ਸੰਸਾਰ ਨੂੰ ਚਲਾਉਣਾ ਹੈ, ਆਪਣੇ ਗ੍ਰਸਤਿਕ ਜੀਵਨ ਨੂੰ ਚਲਾਉਣਾ ਹੈ ਤਾਂ ਚਲਾਕੀ ਚਾਹੀਦੀ ਹੈ। ਕਿਉਂ? ਜੇ ਚਲਾਕ ਨਾ ਹੋਵੋਗੇ ਲੋਕ ਲੁੱਟ ਕੇ ਖਾ ਜਾਣਗੇ। ਪਰ ਅਗਰ ਪਰਮਾਤਮਾ ਤੱਕ ਪਹੁੰਚਣਾ ਹੈ ਤਾਂ ਭੋਲਾਪਣ ਚਾਹੀਦਾ। ਇਸੇ ਕਰਕੇ ਸਾਡੇ ਸਨਾਤਨ ਮਤ ਦਾ ਮਹਾਨ ਜੋਗੀ ਭੋਲਾ ਨਾਥ ਕਹਿ ਕੇ ਬੁਲਾਇਆ ਗਿਆ। ਕਿਉਂ? ਹਰੇਕ ਨੂੰ ਵਰ ਦੇ ਦਿੰਦਾ ਸੀ ਉਹ, ਤੁਸੀਂ ਇਤਿਹਾਸ ਪੜ੍ਹਿਆ, ਭੋਲਾ ਸੀ। ਭੋਲੇ ਦੇ ਅੱਖਰੀ ਅਰਥ ਇਹ ਨਹੀਂ ਕਿ ਨਾ ਸਮਝ, ਭੋਲੇ ਦੇ ਅੱਖਰੀ ਅਰਥ ਨੇ ਜੋ ਚੰਚਲ ਹੋਵੇ, ਮਤਲਬ ਜ਼ਿਆਦਾ ਵਿਚਾਰ ਨਾ ਕਰਦਾ ਹੋਵੇ, ਉਹਨੂੰ ਕਹਿੰਦੇ ਨੇ ਭੋਲਾ। ਪਰ ਪਰਮਾਤਮਾ ਦਾ ਭੇਦ ਮੇਰੇ ਵਰਗਾ ਚਾਰ ਕਿਤਾਬਾਂ ਪੜ੍ਹ ਕੇ ਪਰਮਾਤਮਾ ਬਾਰੇ ਦੱਸ ਤਾਂ ਸਕਦਾ ਹੈ, ਪਰ ਪਰਮਾਤਮਾ ਦਾ ਭੇਦ ਪਾਉਣਾ ਬਹੁਤ ਹੀ ਕਠਿਨ ਹੈ, ਨਾਮੁਮਕਿਨ ਨਿਸਾ ਸਿੰਘ ਜੀ, ਕਠਿਨ ਹੈ। ਕਿਉਂ ਕਠਿਨ ਹੈ? ਕਿਉਂਕਿ ਹਰ ਜਨ ਐਸਾ ਚਾਹੀਏ ਜੈਸਾ ਹਰੀ ਹੋਏ। ਪਰਮਾਤਮਾ ਬਣ ਕੇ ਪਤਾ ਲੱਗੇਗਾ ਪਰਮਾਤਮਾ ਕੀ ਹੈ, ਉਸ ਤਰ੍ਹਾਂ ਨਹੀਂ। ਮਰ ਕੇ ਪਤਾ ਲੱਗੇਗਾ ਮੌਤ ਕੀ ਹੈ, ਉਸ ਤਰ੍ਹਾਂ ਨਹੀਂ। ਪਰਮਾਤਮਾ ਹੋ ਕੇ ਪਤਾ ਲੱਗੇਗਾ ਪਰਮਾਤਮਾ ਕੀ, ਇਸ ਤਰ੍ਹਾਂ ਨਹੀਂ। ਮੈਂ ਜਵਾਨੀ ਦੇ ਵਿੱਚ ਹਾਂ, ਮੈਨੂੰ ਕੀ ਪਤਾ ਬੁਢਾਪੇ ਦੇ ਜੋੜਾਂ ਦਾ ਦਰਦ ਕੀ ਹੈ। ਬਜ਼ੁਰਗ ਸਾਰਾ ਦਿਨ ਹਾਏ ਹਾਏ ਕਰਦਾ ਰਹਿੰਦਾ, ਪਰ ਮੈਨੂੰ ਕੀ ਪਤਾ, ਕਿਉਂ ਬੁਢਾਪਾ ਹੋਇਆ ਹੀ ਨਹੀਂ, ਮੈਨੂੰ ਪਤਾ ਹੀ ਨਹੀਂ ਹਜੇ। ਮੈਂ ਉਸ ਦੁੱਖ ਨੂੰ ਮਾਣਿਆ ਹੀ ਨਹੀਂ ਤਾਂ ਫਿਰ ਕਿਵੇਂ ਕਹਿ ਸਕਦਾ? ਅਤੇ ਜੇ ਹਜੇ ਪਰਮਾਤਮਾ ਹੋਇਆ ਹੀ ਨਹੀਂ ਤਾਂ ਫਿਰ ਪਰਮਾਤਮਾ ਬਾਰੇ ਵਿਆਖਿਆ ਕਿਵੇਂ ਹੋ ਸਕਦੀ? ਮੈਂ ਮਾਫ਼ੀ ਮੰਗ। ਬ੍ਰਹਮ ਗਿਆਨੀ ਕੀ ਗਤ, ਬ੍ਰਹਮ ਗਿਆਨੀ ਹੀ ਜਾਣ। ਕਿਉਂ? ਜੇ ਸਾਨੂੰ ਪਤਾ ਹੁੰਦਾ ਨਾ ਜੀ ਪਰਮਾਤਮਾ ਕਿਵੇਂ ਹੈ, ਤਾਂ ਮੈਂ ਮਾਫ਼ੀ ਮੰਗ ਲਾਂ ਜੀ, ਮਨਸੂਰ ਨੂੰ ਅਸੀਂ ਸੂਲੀ 'ਤੇ ਨਾ ਚੜ੍ਹਾਉਂਦੇ। ਸਾਨੂੰ ਪਤਾ ਲੱਗ ਜਾਂਦਾ ਨਾ ਪਰਮਾਤਮਾ ਕੀ, ਬ੍ਰਹਮ ਗਿਆਨੀ ਕੀ ਹੁੰਦੇ ਨੇ, ਸਾਨੂੰ ਪਤਾ ਲੱਗ ਜਾਂਦਾ। ਗੁਰੂ ਅਰਜਨ ਦੇਵ ਜੀ ਮਹਾਰਾਜ ਨੂੰ ਅਸੀਂ ਤੱਤੀ ਤਵੀ 'ਤੇ ਨਾ ਬਿਠਾਉਂਦੇ ਜੀ, ਸਾਨੂੰ ਪਤਾ ਲੱਗ ਜਾਂਦਾ ਕਿ ਬ੍ਰਹਮ ਗਿਆਨੀ ਅਤੇ ਸਾਧੂ ਸੰਤ ਮਹਾਤਮਾ ਕੀ ਹੁੰਦੇ ਨੇ, ਪਰਮਾਤਮਾ ਕੀ ਹੁੰਦਾ ਸਾਨੂੰ ਪਤਾ ਲੱਗ ਜਾਂਦਾ। ਗੁਰੂ ਤੇਗ ਬਹਾਦਰ ਜੀ ਮਹਾਰਾਜ ਦਾ ਅਸੀਂ ਸੀਸ ਕਲਮ ਨਾ ਕਰਦੇ, ਸਾਨੂੰ ਪਤਾ ਲੱਗ ਜਾਂਦਾ। ਤਾਂ ਜਿੰਨੀ ਵੀ ਲੁਗਾਈ ਇਸ ਦੁਨੀਆਂ 'ਤੇ ਹੈ ਪਰਮਾਤਮਾ ਦੇ ਭਗਤਾਂ ਬਾਰੇ ਨਹੀਂ ਜਾਣ ਸਕਦੇ। ਹਰ ਜਨ ਐਸਾ ਚਾਹੀਏ ਜੈਸਾ ਹਰੀ। ਪਰਮਾਤਮਾ ਦਾ ਗਿਆਨ ਪਰਮਾਤਮਾ ਹੋ ਕੇ ਪਤਾ ਲੱਗਿਆ, ਉਸ ਤਰ੍ਹਾਂ ਨਹੀਂ। ਕਿਉਂ? ਕਿਉਂਕਿ ਪਰਮਾਤਮਾ ਇਸ ਬੁੱਧੀ 'ਚ ਨਹੀਂ ਆ ਸਕਦੇ। ਜੇ ਪਰਮਾਤਮਾ ਇਸ ਬੁੱਧੀ 'ਚ ਆਉਂਦੇ ਨੇ, ਮੇਰੀ ਬੁੱਧੀ ਵੱਡੀ ਹੈ ਸਤਸੰਗ ਜੀ, ਪਰਮਾਤਮਾ ਛੋਟੇ ਨੇ, ਪਰ ਪਰਮਾਤਮਾ ਕਦੀ ਵੀ ਇਸ ਬੁੱਧੀ ਵਿੱਚ ਨਹੀਂ ਆਉਣਗੇ।
ਉਹਦੀ ਕਥਾ ਕੀਰਤਨ ਕਹਾਣੀ ਹੋ ਸਕਦੀ ਹੈ, ਉਹਦੀ ਬਾਰੇ ਪ੍ਰਸ਼ੰਸਾ ਹੋ ਸਕਦੀ ਹੈ, ਪਰ ਉਹਦਾ ਪੂਰਨ ਸੰਪੂਰਨ ਗਿਆਨ ਨਹੀਂ ਆ ਸਕਦਾ। ਗੁਰੂ ਨਾਨਕ ਦੇਵ ਜੀ ਮਹਾਰਾਜ ਫਰਮਾਨ ਕਰਦੇ ਨੇ, ਨਾਨਕ ਕਥਨਾ ਕਰੜਾ ਸਾਰ। ਤੁਸੀਂ ਜਪਜੀ ਸਾਹਿਬ ਦੇ ਵਿੱਚ ਰੋਜ਼ ਪੜ੍ਹਦੇ ਹੋ, ਸੱਚਖੰਡ ਦੀ ਵਿਆਖਿਆ ਤੋਂ ਬਾਅਦ ਉਹ ਗੱਲ ਕਰੋ। ਇਹਦਾ ਮਤਲਬ ਇਹ ਨਹੀਂ ਕਿ ਉਹ ਸੰਪੂਰਨ ਦੱਸ ਨਹੀਂ ਸਕਦੇ ਸੀ, ਸੰਪੂਰਨ ਦੱਸ ਸਕਦੇ, ਸਾਡੀ ਸਮਝ ਤੋਂ ਪਰੇ ਸੀ ਗੱਲ, ਕਿਉਂਕਿ ਜਿੰਨਾ ਉਹਨਾਂ ਨੇ ਸਾਡੀ ਝੋਲੀ ਦੇ ਵਿੱਚ ਪਾਇਆ ਸੀ ਤਾਂ ਅਸੀਂ ਉਹ ਹੀ ਨਹੀਂ ਸਮਝੀ, ਅਜੇ ਤਾਂ ਸਾਨੂੰ ਉਹੀ ਨਹੀਂ ਪੂਰਾ ਸਮਝ ਆਇਆ। ਤਾਂ ਪਰਮਾਤਮਾ ਦਾ ਗਿਆਨ ਪਰਮਾਤਮਾ ਹੋ ਕੇ ਪਤਾ ਲੱਗੇ, ਤਾਂ ਪਰਮਾਤਮਾ ਤੱਕ ਪਹੁੰਚਣ ਦਾ ਰਸਤਾ ਕੀ ਹੈ? ਸਿਮਰਨ। ਵੈਸੇ ਤਾਂ ਹੋਰ ਵੀ ਬਹੁਤ ਸਨਾਤਨ ਮਤ ਦੇ ਬਹੁਤ ਹੈ, ਇਹ ਪ੍ਰਾਣਾਯਾਮ ਦੀ ਸਾਧਨਾ ਹੈ ਜੀ, ਇਹ ਯੋਗ ਮਤ ਹੈ ਜੀ, ਇਹ ਹੱਠ ਯੋਗ ਹੈ ਜੀ, ਇਹ ਧਿਆਨ ਸਾਧਨ ਹੈ ਜੀ, ਬਹੁਤ ਨੇ। ਪਰ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਸਭ ਤੋਂ ਸੁਖਾਲਾ ਤਰੀਕਾ ਜੋ ਦੱਸਿਆ ਹੈ, ਸਿਮਰਨ, ਵਾਹਿਗੁਰੂ 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 ਵਾਹਿਗੁਰੂ। ਰਸਨਾ ਨਾਮ ਜਪੇ ਤਾਂ ਮਤੀ ਹੈ, ਇਹ ਰਸਨਾ ਨਾਮ ਜਪੇ ਅਤੇ ਕੰਨ ਸੁਣ, ਇੱਥੋਂ ਖੇਡ ਸ਼ੁਰੂ ਹੋ ਜਾਣੀ ਜੀ ਪਹਿਲੀ। ਤਾਂ ਜਿਵੇਂ ਜਿਵੇਂ ਸੁਰਤ ਅੱਗੇ ਜਾਏਗੀ, ਜਿਵੇਂ ਜਿਵੇਂ ਸੁਰਤ ਦਾ ਪੜਾਵ ਅੱਗੇ ਚੱਲਦਾ ਰਹੇਗਾ, ਤਾਂ ਅੱਜ ਮੈਂ ਥੋੜ੍ਹੀ ਜਿਹੀ ਦੁਸ਼ ਬੁੱਧੀ ਵਾਂਗੂ ਵਿਆਖਿਆ ਕਰੂੰਗਾ, ਤਾਂ ਕਿ ਪਤਾ ਲੱਗ ਜਾਏ ਅਸੀਂ ਕਿੱਥੇ ਖੜ੍ਹੇ ਹਾਂ, ਸਾਡੀ ਸੁਰਤ ਕਿੱਥੇ ਖੜ੍ਹੀ ਹੈ। ਔਰ ਜੋ ਇਹ ਸਾਰਾ ਗਿਆਨ ਹੈ ਜੀ, ਇਹ ਪੁਸਤਕ ਦੇ ਵਿੱਚ ਮਿਲਿਆ ਮੈਨੂੰ, ਔਰ ਉਹ ਪੁਸਤਕ ਹੈ ਪੂਰਨ ਮਨੁੱਖ, ਪ੍ਰਿੰਸੀਪਲ ਗੰਗਾ ਜੀ, ਉਹਦੀ ਬੁੱਕ ਤੁਸੀਂ ਪੜ੍ਹ ਸਕਦੇ, ਉਹਦੇ ਵਿੱਚ ਇਹ ਸਾਰਾ ਉਤਾਰਾ। ਸੋ ਤੁਸ਼ ਬੁੱਧੀ ਅਨੁਸਾਰ ਮੈਂ ਵਿਆਖਿਆ ਕਰੂੰਗਾ ਜੀ। ਪਹਿਲੇ ਪਹਿਰ ਜਦੋਂ ਕੋਈ ਸਿਮਰਨ ਕਰਨਾ ਸ਼ੁਰੂ ਕਰਦਾ, ਜਿਹਨੂੰ ਜਗਿਆਸੂ ਕਹਿੰਦੇ ਨੇ, ਜੋ ਜਾਗ ਗਿਆ ਪਰਮਾਤਮਾ ਬਾਰੇ, ਜਿਹਨੂੰ ਥੋੜ੍ਹੀ ਸਮਝ ਆ ਗਈ, ਤਾਂ ਜਗਿਆਸੂ ਜਾਣ ਨੇ ਸ਼ੁਰੂ ਕੀਤਾ ਜੀ ਸਿਮਰਨ, ਵਾਹਿਗੁਰੂ 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 ਲਗਾਤਾਰ, ਅੰਮ੍ਰਿਤ ਵੇਲੇ ਉੱਠ ਕੇ ਅੰਮ੍ਰਿਤ ਵੇਲ ਨੂੰ ਸੰਭਾਲਦਾ। ਤਾਂ ਇਹਨੂੰ ਕਹਿੰਦੇ ਨੇ ਧਰਮਖੰਡ, ਧਰਮਖੰਡ ਕਾ ਇਹੋ ਧਰਮ, ਇਹ ਧਰਮਖੰਡ ਤੋਂ ਯਾਤਰਾ ਸ਼ੁਰੂ ਹੈ ਜੀ। ਧਰਮਖੰਡ ਵਿੱਚ ਪਹੁੰਚੇ ਹੋਏ ਇਨਸਾਨ ਦੀ ਪਹਿਚਾਣ ਕੀ ਹੋਵੇਗੀ? ਕਿ ਉਹਦਾ ਸਭ ਕੁਝ ਖਾਣਾ ਪੀਣਾ ਹੱਸਣਾ ਖੇਡਣਾ ਜਾਗਣਾ ਸੁਣਨਾ ਸਭ ਮਰਿਆਦਾ ਵਿੱਚ ਹੋਵੇਗਾ, ਉਹਨੇ ਆਪਣੇ ਤਨ ਨੂੰ ਘੜ ਲਿਆ ਹੋਵੇਗਾ। ਇਹ ਧਰਮਖੰਡ 'ਚ ਪਹੁੰਚੇ ਹੋਏ ਇਨਸਾਨ ਦੀ ਪਹਿਚਾਣ। ਲਗਾਤਾਰ ਸਿਮਰਨ ਜਾਰੀ ਹੈ, ਸੁਰਤ ਪਹੁੰਚਦੀ ਹੈ ਅਗਲੇ ਪੜਾਵ 'ਤੇ, ਗਿਆਨਖੰਡ। ਧਰਮਖੰਡ ਤੋਂ ਗਿਆਨਖੰਡ, ਗਿਆਨਖੰਡ ਤੋਂ ਸ਼ਰਮਖੰਡ, ਸ਼ਰਮਖੰਡ ਤੋਂ ਕਰਮਖੰਡ, ਕਰਮਖੰਡ ਤੋਂ ਸੱਚਖੰਡ। ਜਪਜੀ ਸਾਹਿਬ ਦੀ ਐਂਡਲੀਆਂ ਪੌੜੀਆਂ ਦੇ ਵਿੱਚ ਇਹਦੀ ਬੈਠ, ਅਤੇ ਸੁਰਤ ਪਹੁੰਚਦੀ ਹੈ ਜੀ ਗਿਆਨਖੰਡ 'ਚ। ਗਿਆਨਖੰਡ ਵਿੱਚ ਪਹੁੰਚੇ ਹੋਏ ਮਨੁੱਖ ਦੀ ਕੀ ਪਹਿਚਾਣ ਹੋਵੇਗੀ? ਕਿ ਇਹਨੂੰ ਗਿਆਨ ਹੋਵੇਗਾ। ਕੀ ਗਿਆਨ? ਇਹ ਗਿਆਨਖੰਡ ਵਿੱਚ ਪਹੁੰਚਿਆ ਹੋਇਆ ਇਨਸਾਨ ਕਿਸੇ ਵੀ ਮੂਰਤੀ ਪੂਜਾ ਦਾ ਪੁਜਾਰੀ ਨਹੀਂ ਰਹਿ ਜਾਏਗਾ, ਇਹ ਨਿਰੰਕਾਰ ਸਰੂਪ ਦਾ ਪੁਜਾਰੀ ਹੋ ਜਾਏਗਾ। ਸਤਿਕਾਰ ਸਭ ਦਾ ਕਰੇਗਾ, ਇਹਦੇ ਮਨ 'ਚ ਰਾਮ ਦਾ ਵੀ ਸਤਿਕਾਰ ਹੋਵੇਗਾ, ਕਿਉਂਕਿ ਗੁਰੂ ਸਾਹਿਬ ਨੇ ਇੱਕ ਥਾਂ 'ਤੇ ਖੁਦ ਕਹਿ ਰਹੇ ਨੇ, ਅਵਤਾਰ ਨਾ ਪਾਵੇਂ ਅੰਤ ਪਰਮੇਸ਼ਵਰ ਪਾਰ ਬ੍ਰਹਮ, ਪ੍ਰਥਮ ਭਗਵਤੀ ਸਿਮਰ ਕਹਿ ਗੁਰੂ ਨਾਨਕ ਲਈ ਤਿਆ। ਉਹ ਪ੍ਰਥਮ ਭਗਵਤੀ ਕੀ ਹੈ ਜੀ? ਭਗਵਤੀ ਮੀਨ ਸ਼ਕਤੀ। ਅਵਤਾਰ ਨਾ ਪਾਵੇਂ ਅੰਤ ਪਰਮੇਸ਼ਵਰ ਪਾਰ ਬ੍ਰਹਮ, ਤਾਂ ਗਿਆਨਖੰਡ ਵਿੱਚ ਪਹੁੰਚ ਕੇ ਪਤਾ ਲੱਗਦਾ। ਕਈ ਕਈ ਤਾਰੇ ਨੇ, ਕਈ ਸਿਆਰੇ ਨੇ, ਬਹੁਤ ਵੱਡਾ ਪਸਾਰਾ ਹੈ, ਇਹ ਸਾਰਾ ਕੁਝ ਪਤਾ ਲੱਗਦਾ ਗਿਆਨਖੰਡ। ਮੈਂ ਜ਼ਿਆਦਾ ਵਿਆਖਿਆ ਨਾ ਕਰਾਂ, ਕਿਉਂਕਿ ਸਮਾਂ ਮੇਰੇ ਕੋਲ ਥੋੜ੍ਹਾ ਹੈ, ਵਿਚਾਰਾਂ ਦਾ ਬਹੁਤ ਜ਼ਿਆਦਾ, ਤਾਂ ਕਰਕੇ ਮੈਂ ਰੈਗੂਲਰ ਕਥਾ ਨਹੀਂ ਕਰ ਰਿਹਾ, ਮਤਲਬ ਰੈਗੂਲਰ ਵਿਚਾਰ ਨਹੀਂ ਕਰ ਰਿਹਾ, ਥੋੜ੍ਹੇ ਥੋੜ੍ਹੇ ਟੋਪਿਕ ਦੀ ਉਹ ਕਰ ਰਿਹਾ। ਸੋ ਉਸ ਤੋਂ ਬਾਅਦ ਇਹ ਸੁਰਤ ਪਹੁੰਚਦੀ ਹੈ ਜੀ ਅੱਗੇ ਸ਼ਰਮਖੰਡ 'ਚ। ਸ਼ਰਮਖੰਡ, ਅਗਰ ਸ਼ਰਮ ਸ਼ਬਦ ਪੰਜਾਬੀ ਦਾ ਹੋਵੇ ਤਾਂ ਇਹਦੇ ਅਰਥ ਬਣਦੇ ਨੇ ਸੰਘ ਹਿਆ, ਪਰ ਜੇ ਇਹ ਫਾਰਸੀ ਦੇ ਸ਼ਬਦ ਹੋਵੇ ਇਹਦੇ ਅਰਥ ਬਣਦੇ ਨੇ ਮਿਹਨਤ ਦਾ ਖੰਡ। ਇੱਥੇ ਆਣ ਕੇ ਬੜੀ ਮਿਹਨਤ ਕਰਨੀ ਪੈਂਦੀ ਹੈ, ਇੱਥੇ ਬਹੁਤ ਮਿਹਨਤ ਕਰਨੀ ਪੈਂਦੀ ਹੈ। ਮਿਹਨਤ ਕਿਵੇਂ ਕਰਨੀ ਹੈ ਜੀ? ਪਰਮਾਤਮਾ ਨੇ ਤੁਸੀਂ ਪਹਿਲਾਂ ਪਰਮਾਤਮਾ ਦੀ ਕਿਰਪਾ ਦੇ ਨਾਲ ਆਪਣੇ ਤਨ ਨੂੰ ਘੜਿਆ ਜੀ, ਫਿਰ ਤੁਸੀਂ ਆਪਣੇ ਗਿਆਨ ਮਿਲਿਆ ਜੀ ਤੁਹਾਨੂੰ, ਹੁਣ ਇਸ ਗਿਆਨ ਦੀ ਚੋਟ ਦੇ ਨਾਲ ਤੁਸੀਂ ਆਪਣੇ ਮਨ ਨੂੰ ਘੜੋ, ਤੁਸੀਂ ਇਸ ਮਨ ਨੂੰ ਘੜੋ, ਫਿਰ ਇਹ ਸਿਮਰਨ ਕਰ ਕਰਕੇ ਸਵੇਰੇ ਉੱਠ ਕੇ ਲਗਾਤਾਰ ਸਿਮਰਨ, ਆਪਣਾ ਅੰਮ੍ਰਿਤ ਵੇਲਾ ਸੰਭਾਲ ਰਿਹਾ, ਹਰ ਟਾਈਮ ਪਰਮਾਤਮਾ ਦੀ ਰਜਾ ਦੇ ਵਿੱਚ ਜੀ ਰਿਹਾ। ਔਰ ਇਹ ਘੜੇ ਹੋਏ ਮਨ ਦੀ ਪਹਿਚਾਣ ਕੀ ਹੋਵੇਗੀ? ਕਿ ਇਸ ਮਨ ਦੇ ਵਿੱਚ ਕੋਈ ਵੀ ਗਲਤ ਵਿਚਾਰ ਨਹੀਂ ਚੱਲੇਗਾ, ਜਦੋਂ ਵੀ ਚੱਲਣਗੇ ਨਿਰਮਲ ਅਤੇ ਪ੍ਰਬਲ ਵਿਚਾਰ ਚੱਲਣਗੇ, ਹਮੇਸ਼ਾ ਚੜ੍ਹਦੀ ਕਲਾ ਦੇ ਵਿੱਚ ਹੋਵੇਗਾ, ਇਹ ਚਿਹਰੇ 'ਤੇ ਇੱਕ ਅਰਬੀ ਨੂਰ ਹੋਵੇਗਾ। ਇਹ ਸ਼ਰਮਖੰਡ 'ਚ ਪਹੁੰਚੇ ਹੋਏ ਇਨਸਾਨ ਦੀ ਪਹਿਚਾਣ ਹੈ। ਸ਼ਰਮਖੰਡ ਕੀ ਬਾਣੀ ਰੂਪ,
ਤਿੱਥੇ ਕਾੜਤ ਕੜੀਏ ਬਹੁਤ ਅਨੂਪ। ਇਹ ਕਾੜਤ ਬੜੀ ਜ਼ੋਰ ਵਾਲੀ ਹੈ, ਬੜੀ ਨਿਰਮਲ ਕਾੜਤ ਹੈ, ਆਪਣੇ ਮਨ ਨੂੰ ਕੜਨਾ, ਬੜੀ ਸੂਖਸ਼ਮ ਕਾੜਤ, ਕਿਉਂਕਿ ਪਰਮਾਤਮਾ ਦਾ ਦੁਆਰ ਬੜਾ ਸੂਖਸ਼ਮ ਹੈ। ਵਰਤਮਾਨ ਇੱਕ ਸੈਕਿੰਡ, ਉਹਦੇ ਵਿੱਚੋਂ ਨਿਕਲ ਕੇ ਸੁਰਤ ਨੇ ਜਾਣਾ। ਸੋ ਸ਼ਰਮਖੰਡ 'ਚ ਪਹੁੰਚੇ ਇਨਸਾਨ ਦੀ ਪਹਿਚਾਣ ਕਿ ਉਹਦੇ ਮਨ ਦੇ ਵਿੱਚ ਕੋਈ ਵੀ ਗਲਤ ਫੁਰਨਾ ਨਹੀਂ ਚੱਲੇਗਾ, ਗਲਤ ਵਿਚਾਰ ਬਿਲਕੁਲ ਨਹੀਂ ਚੱਲੇਗਾ, ਪਰ ਲਗਾਤਾਰ ਸਿਮਰਨ ਜਾਰੀ ਹੈ, ਬਾਹਰ ਰੋਲਾ ਨਹੀਂ ਪਾਉਂਦਾ ਫਿਰਦਾ ਕਿ ਜੀ ਮੈਂ 40 ਪਾਠ ਜਪਜੀ ਸਾਹਿਬ ਦੇ ਕਰ ਲੈਣੇ, ਮੈਂ 10 ਪਾਠ ਜਪਜੀ ਸਾਹਿਬ ਦੇ ਕਰ ਲੈਣੇ। ਮਿਲ ਜਾਂਦੇ ਨੇ ਇਸ ਤਰ੍ਹਾਂ ਦੇ ਸਿੱਖ, ਗਿਆਨੀ ਜੀ ਅਸੀਂ 10 ਪਾਠ ਕੀਤੇ ਨੇ, ਅੱਜ 5 ਪਾਠ ਕੀਤੇ ਨੇ, ਅਤੇ ਚਿਹਰੇ ਦੇ ਉੱਪਰ ਤਾਂ ਇੱਕ ਪੰਕਤੀ ਦੀ ਝਲਕ ਨਹੀਂ ਮਿਲਦੀ ਕਦੇ ਵੀ। ਹੁਣੇ ਪਾਠ ਕਰਕੇ ਜਦੀ ਕ੍ਰੋਧ ਕਰੀ ਜਾਂਦਾ, ਮੈਂ ਮਾਫ਼ੀ ਮੰਗ ਲੈਂਦਾ। ਇਸ ਤਰ੍ਹਾਂ ਦੀ, ਮੈਂ ਕਿਸੇ ਨੂੰ ਮਾੜਾ ਨਹੀਂ ਕਹਿ ਰਿਹਾ, ਪਰ ਇਸ ਤਰ੍ਹਾਂ ਦੇ ਮਿਲਦੇ ਨੇ। ਪਾਠ ਤਾਂ ਇੱਕ ਕੀਤਾ ਹੋਵੇ ਜਪਜੀ ਸਾਹਿਬ ਦਾ, ਇੱਕੋ ਹੀ ਸਹਿਜ ਕਰਦੇ, ਪਰ ਚਿਹਰੇ ਉੱਪਰ ਉਹ ਰੱਬੀ ਝਲਕ ਨਹੀਂ ਹੈ। ਕਿਉਂ? ਕਿਉਂਕਿ ਮਨ ਜਦੋਂ ਇਹ ਪਾਠ ਕਰ ਰਿਹਾ ਸੀ ਤਾਂ ਮਨ ਨੇ ਆਪਣਾ ਸਾਰਾ ਕੰਮ ਜੀਵ ਨੂੰ ਦੇ ਕੇ ਆਪ ਚਲਾ ਗਿਆ ਵਿਚਾਰਾਂ ਦੀ ਦੁਨੀਆ 'ਚ। ਜੀਵ ਨੇ ਫਿਰ ਸਾਰਾ ਪੜ੍ਹਤਾ, ਜਦੋਂ ਐਂਡ ਵਾਲੀ ਪੌੜੀ ਆਈ ਉਦੋਂ ਪਤਾ ਲੱਗਾ ਕਿ ਜਪਜੀ ਸਾਹਿਬ ਤਾਂ ਸਾਰਾ ਮੁੱਕ ਗਿਆ ਜੀ। ਕਿਉਂ? ਕਿਉਂਕਿ ਮਨ ਨੇ ਆਪਣਾ ਕੰਮ ਆਪਣੇ ਜੀਵ ਨੂੰ ਦਿੱਤਾ, ਔਰ ਜੀਵ ਪੜ੍ਹ ਰਹੀ ਹੈ ਲਗਾਤਾਰ, ਫਿਰ ਜੀਵ ਆਪਣਾ ਕੰਮ ਬਾਖੂਬੀ ਕਰ ਰਹੀ ਹੈ। ਤਾਂ ਸੁਰਚ ਅੱਗੇ ਪਹੁੰਚਦੀ ਹੈ ਜੀ ਕਰਮਖੰਡ 'ਚ। ਕਰਮ ਸ਼ਬਦ ਅਗਰ ਪੰਜਾਬੀ ਦਾ ਹੋਵੇ ਇਹਦੇ ਅਰਥ ਬਣਦੇ ਨੇ ਕੰਮਕਾਰ, ਅਗਰ ਇਹ ਫਾਰਸੀ ਉਰਦੂ ਦਾ ਹੋਵੇ ਤਾਂ ਇਹਦੇ ਅਰਥ ਬਣਦੇ ਨੇ ਰਹਿਮਤ ਦਾ ਕਣ। ਇੱਥੇ ਆਣ ਕੇ ਰਹਿਮਤ, ਗੁਰੂ ਦੀ ਰਹਿਮਤ ਦਾ ਪਾਤਰ ਬਣਦਾ, ਪਰਮਾਤਮਾ ਦੀ ਰਹਿਮਤ ਦਾ ਪਾਤਰ ਬਣਦਾ। ਇੱਥੇ ਆਣ ਕੇ 9 ਨਿੱਤ 18 ਸਿੱਧ ਪਰਮਾਤਮਾ ਵੱਲੋਂ ਬਖਸ਼ਿਸ਼ ਹੁੰਦੀਆਂ ਹਨ। ਮੈਂ ਜ਼ਿਆਦਾ ਵਿਆਖਿਆ ਨਾ ਕਰਾਂ। 9 ਨਿੱਤ 18 ਸਿੱਧ, ਇਸ ਪ੍ਰਾਣੀ ਦੇ ਬੋਲਾਂ ਵਿੱਚ ਸੱਤਿਆ ਹੋਵੇਗੀ, ਪ੍ਰਭ ਜੀ ਵਸੇ ਸਾਧਗੀ ਰਸਨਾ। ਜੋ ਕਰਮਖੰਡ ਵਿੱਚ ਪਹੁੰਚ ਗਿਆ ਇਹਦੇ ਬੋਲਾਂ ਵਿੱਚ ਸੱਤਿਆ ਹੋਵੇਗੀ। ਇਹ ਸੁਰਤ ਬੜੀ ਜ਼ੋਰ ਵਾਲੀ ਹੈ। ਇਹ ਕਰਮਖੰਡ 'ਚ ਪਹੁੰਚੇ ਹੋਏ ਇਨਸਾਨ ਦੀ ਪਹਿਚਾਣ ਹੋਵੇ, ਪਰ ਇੱਥੇ ਕੋਈ ਵਿਰਲੇ ਵੇਲੇ ਉਹੀ ਗੱਲ। ਹੁਣ ਤੱਕ ਇਸ ਦੁਨੀਆਂ ਵਿੱਚ ਸੰਤ ਇਹਨਾਂ ਉਂਗਲਾਂ ਉੱਪਰ ਗਿਣੇ ਜਾ ਸਕਦੇ ਜਿਹਨਾਂ ਨੂੰ ਅਸੀਂ ਬਣਾਈ ਬੈਠੇ ਹਾਂ। ਮੈਂ ਮਾਫ਼ੀ ਮੰਗਦਾ ਜੀ, ਮੇਰਾ ਕਿਸੇ ਨਾਲ ਵੈਰ ਵੋਰ ਨਹੀਂ, ਪਰ ਸੱਚ ਬੋਲ ਕੇ ਜਾਵਾਂਗਾ। ਕਿਉਂ ਨਹੀਂ ਹਾਂ? ਕਿਉਂ? ਇੱਕ ਮੈਂ ਗੱਲ ਇੱਥੇ ਸਾਧ ਸੰਗਤ ਜੀ ਹੋਰ ਬਿਆਨ ਕਰਦੇ ਹਾਂ ਤਾਂ ਕਿ ਗੱਲ ਪਕੜ ਦੇ ਵਿੱਚ ਆ ਜੇ। ਮਹਾਰਾਜ ਦੀ ਬਾਣੀ ਦਾ ਫਰਮਾਨ ਹੈ, ਭਗਤਾਂ ਅਤੇ ਸੰਸਾਰੀਆਂ ਜੋੜ ਕਦੇ ਨਾ ਆਏ, ਕਿ ਜੋ ਮੇਰੇ ਭਗਤ ਨੇ ਉਹਨਾਂ ਦੀ ਸੰਸਾਰ ਨਾਲ ਨਹੀਂ ਬਣਦੀ। ਅਤੇ ਡੇਰੇ ਭਰੇ ਪੈਣੇ ਸਾਧ ਸੰਗਤ ਜੀ, ਇਹਨਾਂ ਦੀ ਤਾਂ ਫਿਰ ਬਣ ਗਈ ਹੈ। ਮਹਾਰਾਜ ਦੀ ਬਾਣੀ ਕਹਿ ਰਹੀ ਭਗਤਾਂ ਅਤੇ ਸੰਸਾਰੀਆਂ ਜੋੜ ਕਦੇ ਨਾ ਆਏ। ਹੁਣ ਤੱਕ ਦੇ ਜਿੰਨੇ ਵੀ ਅਵਤਾਰੀ ਪੁਰਸ਼ ਨੇ, ਜਿੰਨੇ ਪੀਰ ਪੈਗੰਬਰ ਜੋ ਵੀ ਨੇ, ਜਿਨ੍ਹਾਂ ਦੀ ਸੰਸਾਰ ਦੇ ਨਾਲ ਨਹੀਂ ਬਣੀ, ਇੱਕ ਵੀ ਇਨਸਾਨ ਇਸ ਤਰ੍ਹਾਂ ਨਹੀਂ ਜੋ ਪਰਮਾਤਮਾ ਨੂੰ ਪਿਆਰ ਕਰਦਾ ਹੋਵੇ, ਜਿਹਦੀ ਜਿਹਦੀ ਸੰਸਾਰ ਨਾ ਬਣੇ। ਇਤਿਹਾਸ ਪੜ੍ਹ ਸਕਦੇ ਹੋ ਸਰ। ਫਿਰ ਅੱਜ ਕੱਲ੍ਹ ਦੇ ਬਾਬਿਆਂ ਤਾਂ ਬਣ ਗਈ ਸੰਸਾਰ ਦੇ ਨਾਲ। ਪਰ ਸਾਧ ਸੰਗਤ ਜੀ, ਮੈਂ ਮਾਫ਼ੀ ਮੰਗ ਲਾਂ, ਜਦੋਂ ਤੱਕ ਸੁਰਤ ਨੀਚੇ ਰਹੇਗੀ ਇੱਥੇ ਬੋਲਣ ਵਾਲੇ ਨੀਵੇਂ ਹੀ ਰਹਿਣਗੇ, ਜਦੋਂ ਤੱਕ ਸੁਣਨ ਵਾਲੀ ਸੁਰਤ ਉੱਚੀ ਚਲੇ ਜਾਏਗੀ ਇੱਥੇ ਬੋਲਣ ਵਾਲਾ ਬੜੀ ਸੋਚ ਸਮਝ ਕੇ ਬੋਲੇਗਾ। ਸਰੋਤ ਨੀਚੇ ਜਾਂਦੀ ਰਹੀ, ਔਰ ਰਾਗੀ ਸਿੰਘ ਵੀ ਦੋ ਸੁਰਾਂ ਦੇ ਵਿੱਚ ਕੀਰਤਨ ਕਰਕੇ ਚਲੇ ਜਾਂਦੇ ਨੇ। ਰਾਗਾਂ ਬਾਰੇ ਪਤਾ ਹੀ ਨਹੀਂ ਕਿਸੇ ਨੂੰ, ਹਾਲਾਂਕਿ ਸਾਰੀ ਬਾਣੀ ਰਾਗਾਂ ਵਿੱਚ ਹੈ, ਹਰੇਕ ਬਾਣੀ ਦੇ ਉੱਪਰ ਰਾਗ ਲਿਖਿਆ। ਇਹ ਜੈਵੰਤੀ ਹੈ, ਸੋਹਰਠ ਹੈ, ਸਾਰੀ ਬਾਣੀ ਰਾਗਾਂ ਵਿੱਚ। ਕਿਉਂ? ਕਿਉਂਕਿ ਸਰੋਤ ਨੀਵੀਂ ਚਲੀ ਗਈ, ਅਸੀਂ ਦੋ ਸੁਰਾਂ 'ਤੇ ਸਿਰ ਲਹਾਉਣ ਲੱਗ ਜਾਂਦੇ। ਜਿੱਦਾਂ ਗਿਆਨ ਦੀ ਕਮੀ ਹੈ, ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਵਿੱਚ ਜੋ ਗਿਆਨ ਹੈ, ਬੇਅੰਤ ਗਿਆਨ, ਵਾਹਿਗੁਰੂ ਨਾਮ ਜਹਾਜ਼ ਹੈ ਚੜ੍ਹੇ ਸੋ ਉਤਰੇ ਪਾਰ, ਇਹ ਬੇਅੰਤ ਗਿਆਨ ਹੈ, ਬੇਅੰਤ, ਜਿਹਦਾ ਕੋਈ ਅੰਤ ਨਹੀਂ ਹੈ। ਫਿਰ ਕਰਮਖੰਡ ਵਿੱਚ ਪਹੁੰਚੇ ਹੋਏ ਇਨਸਾਨ ਦੀ ਇਹ ਪਹਿਚਾਣ, ਔਰ ਸੁਰਤ ਫਿਰ ਵੀ ਜਾਰੀ ਹੈ, ਰਿਧੀਆਂ ਸਿੱਧੀਆਂ ਪਿੱਛੇ ਨਹੀਂ ਲੱਗਿਆ ਆਪਦੇ ਲੋਕਾਂ ਨੂੰ ਰਿਧੀਆਂ ਸਿੱਧੀਆਂ ਨਾਲ ਵੱਸ ਨਹੀਂ ਕਰਦਾ। ਪਰਮੇਸ਼ੁਰ ਤੇਰੇ ਹੀ ਦਰਸ਼ਨ ਚਾਹੀਦੇ ਨੇ, ਤੇਰੇ ਨਿਰੰਕਾਰ ਸਰੂਪ ਦੇ ਦਰਸ਼ਨ ਚਾਹੀਦੇ ਨੇ, ਅਤੇ ਸੁਰਤ ਪਹੁੰਚਦੀ ਹੈ ਜੀ ਸੱਚਖੰਡ। ਅਤੇ ਮੈਂ ਮਾਫ਼ੀ ਮੰਗ ਲਾਂ ਜੀ, ਸੱਚਖੰਡ ਦੀ ਵਿਆਖਿਆ ਨਹੀਂ ਹੋ ਸਕਦੀ, ਇਸ ਤੁਸ਼ ਬੁੱਧੀ ਅਨੁਸਾਰ ਤਾਂ ਨਹੀਂ ਹੋ ਸਕਦੀ। ਉੱਥੇ ਜਾ ਕੇ ਪਤਾ ਲੱਗੇਗਾ ਕਿ ਕਿਸ ਤਰ੍ਹਾਂ ਦੀ ਖੇਡ ਹੈ, ਕਿਉਂਕਿ ਸੱਚਖੰਡ 'ਚ ਖੁਦ ਨਿਰੰਕਾਰ ਸਰੂਪ ਵੱਸ ਰਹੇ ਨੇ। ਔਰ ਗੁਰੂ ਨਾਨਕ ਦੇਵ ਜੀ ਮਹਾਰਾਜ ਵੀ ਕਹਿੰਦੇ ਨੇ, ਨਾਨਕ ਕਥਨਾ ਕਰੜਾ ਸਾ, ਉਹਦੀ ਵਿਆਖਿਆ ਕਰਨੀ ਔਖੀ ਹੈ। ਇਹਦਾ ਮਤਲਬ ਇਹ ਨਹੀਂ ਕਿ ਨਹੀਂ ਹੋ ਸਕਦੀ, ਹੋ ਸਕਦੀ, ਪਰ ਸਾਨੂੰ ਹਜੇ ਬਾਣੀ ਨਹੀਂ ਸਮਝ ਆ ਰਹੀ। ਉਹ ਸੱਚਖੰਡ ਦੀ ਜੇ ਅਗਰ ਵਿਆਖਿਆ ਕਰਨ ਦੇ, ਸਾਨੂੰ ਤਾਂ ਕੁਛ ਵੀ ਸਮਝ ਨਹੀਂ ਆਉਣਾ ਸੀ। ਮੈਂ ਮਾਫ਼ੀ ਮੰਗ ਲਾਂ ਜੀ। ਤਾਂ ਇਹੀ ਪੰਜ ਸੁਰ ਦੀਆਂ ਜੋ ਯਾਤਰਾ ਨੇ, ਪੰਜ ਖੰਡ ਨੇ, ਇਹੀ ਪੰਜ ਸਾਡੀ ਝੋਲੀ ਵਿੱਚ ਪਾਈਆਂ ਨੇ ਗੁਰਦੇਵ ਨੇ ਪੰਜ ਬਾਣੀਆਂ। ਪਹਿਲੀ ਬਾਣੀ ਜਪ,
ਸਤਿਕਾਰ ਵਜੋਂ ਕਹਿੰਦੇ ਹਾਂ ਜਪ ਜੀ ਸਾਹਿਬ, ਬਾਣੀ ਦਾ ਨਾਮ ਹੈ ਜਪ। ਤਾਂ ਮੈਂ ਇੱਥੇ ਇੱਕ ਹੋਰ ਅਸੀਂ ਡੇਲੀ ਪੜ੍ਹਦੇ ਹਾਂ, ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ। ਇੱਥੇ ਇੱਕ ਗੱਲ ਹੈ ਜੀ, ਅਜੂਨੀ ਸਹਿ ਭੰਗ, ਅਸੀਂ ਭੰਗ ਕਹਿੰਦੇ ਹਾਂ, ਪਰ ਤੁਸੀਂ ਗੁਰੂ ਦਾ ਗੱਗਾ ਵੀ ਨਾਲ ਪੜ੍ਹ ਜਾਂਦੇ ਹੋ, ਮੈਂ ਮਾਫ਼ੀ ਮੰਗ ਲੈਂਦਾ, ਗੁਰੂ ਦਾ ਗੱਗਾ ਵੀ ਨਾਲ ਤੁਸੀਂ ਪੜ੍ਹ ਜਾਂਦੇ ਹੋ। ਵੈਸੇ ਸ਼ਬਦ ਹੈ ਸਵੈਭਮ, ਸਵੈ ਭਾਉ, ਸਵੈ ਭਾਵ ਦੇ ਅਰਥ ਹੁੰਦਾ ਆਪਣੇ ਆਪ ਤੋਂ, ਇਹ ਸੰਸਕ੍ਰਿਤ ਦਾ ਸ਼ਬਦ ਹੈ ਜੀ, ਆਪਣੇ ਆਪ ਤੋਂ ਸਵੈ ਭਾਉ ਗੁਰਪ੍ਰਸਾਦ, ਪਰ ਅਸੀਂ ਕਹਿੰਦੇ ਹਾਂ ਸਾਹਿਬ ਭੰਗ। ਭੰਗ ਭੱਬੇ ਅਤੇ ਗੱਗੇ ਨੂੰ ਇਕੱਠਾ ਕਰ ਦਿੰਦੇ, ਗੱਗਾ ਗੁਰੂ ਦਾ ਜੀ। ਤੁਸੀਂ ਸਵੇਰੇ ਨਿਤਨੇਮ ਕਰਦੇ ਸਮੇਂ ਜ਼ਰੂਰ ਗੌਰ ਕਰਨਾ ਇਸ ਚੀਜ਼, ਅਸੀਂ ਸਵੈ ਭੰਗ ਕਹਿੰਦੇ ਹਾਂ ਪਰ ਨਹੀਂ, ਸਵੈ ਭਾਉ ਭਾਉ ਗੁਰਪ੍ਰਸਾਦ। ਗੁਰੂ ਮਹਾਰਾਜ ਗੁਰੂ ਪਿਤਾ ਤਾਂ ਇਹ ਕਹਿ ਰਹੇ ਨੇ ਤੂੰ ਨਿਰਭਉ ਹੋ ਨਿਰਵੈਰ ਹੋ, ਪਰ ਮੇਰੇ ਇੱਥੇ ਕਰੋੜਾਂ ਵੈਰ ਨੇ ਜੀ, ਮੈਂ ਨਾ ਤਾਂ ਨਿਰਭਉ ਹਾਂ ਨਾ ਮੈਂ ਨਿਰਵੈਰ ਹਾਂ, ਮੇਰੇ ਤਾਂ ਪਤਾ ਨਹੀਂ ਕਿੰਨੇ ਵੈਰ ਨੇ, ਕਈਆਂ ਤਾਂ ਸਾਰਾ ਪਿੰਡ ਹੀ ਵੈਰੀ ਹੁੰਦਾ। ਪਰ ਜੋ ਗੁਰੂ ਸਾਹਿਬ ਕਹਿ ਰਹੇ ਨੇ ਕਿ ਅਸੀਂ ਹੋਏ ਹਾਂ, ਕਿਉਂਕਿ ਅਸੀਂ ਵਿਚਾਰ ਹੀ ਨਹੀਂ ਕੀਤੀ ਕਦੇ, ਬਸ ਜੀਵ ਨੂੰ ਕੰਮ ਦੇ ਰੱਖਿਆ, ਪੜ੍ਹੀ ਜਾਓ ਲਗਾਤਾਰ ਬਸ। ਇੱਕ ਛੋਟੀ ਜੀ ਪ੍ਰਮਾਣਿਕ ਗਾਥਾ ਚੇਤੇ ਆ ਗਈ, ਕੀ ਹੋਇਆ ਜੀ ਕਿ ਇੱਕ ਰਾਜਾ ਉਹਦੇ ਦੋ ਪੁੱਤਰ ਸਨ, ਔਰ ਉਹ ਦੋ ਪੁੱਤ ਉਹ ਕਹਿ ਕੇ ਗਿਆ ਜੀ ਇਹ ਮੈਂ ਖਰੜਾ ਤਿਆਰ ਕੀਤਾ, ਇੱਕ ਖਰੜਾ ਕਹਿੰਦੇ ਪਰਚੀ ਨੂੰ, ਮੈਂ ਇੱਕ ਪਰਚੀ ਤਿਆਰ ਕੀਤੀ ਹੈ, ਇਹਦੇ ਉੱਪਰ ਤੁਹਾਡੇ ਦੋਨਾਂ ਦੇ ਕੰਮ ਲਿਖੇ ਹੋਏ ਨੇ, ਤੁਸੀਂ ਮੇਰੇ, ਮੈਂ ਇੱਕ ਸਾਲ ਬਾਅਦ ਵਾਪਸ ਆਵਾਂਗਾ, ਇਹ ਤੁਸੀਂ ਸਾਰੇ ਕੰਮ ਸੰਪੂਰਨ ਕਰਨੇ ਨੇ। ਇੱਕ ਪੁੱਤਰ ਨੇ ਆਪਦੇ ਪਿਤਾ ਦੇ ਜਾਣ ਤੋਂ ਬਾਅਦ ਉਹ ਸਾਰੇ ਖਰੜੇ ਨੂੰ ਅਧਿਐਨ ਕੀਤਾ, ਅਤੇ ਜਿਹੜੇ ਜਿਹੜੇ ਕੰਮ ਕਰਦਾ ਸੀ ਨਾਲ ਦੇ ਨਾਲ ਟਿੱਕ ਕਰ ਗਿਆ, ਤਾਂ ਉਹਨੇ ਸਾਰੇ ਹੀ ਇੱਕ ਸਾਲ ਦੇ ਵਿੱਚ ਕੰਮ ਸੰਪੂਰਨ ਕਰ ਰਹੇ। ਪਰ ਇੱਕ ਪੁੱਤਰ ਨੇ ਉਸ ਪਰਚੀ ਨੂੰ ਕੀ ਕੀਤਾ ਕਿ ਮੇਰੇ ਪਿਤਾ ਦੀ ਹੈ ਜੀ, ਉਹਨੇ ਰੱਖ ਕੇ ਉਹਦੇ ਉੱਪਰ, ਔਰ ਉਹਦੀ ਰੋਜ਼ ਧੂਫ ਕਰਦਾ, ਅਗਰਬੱਤੀ ਕਰਦਾ ਜੀ, ਸਭ ਕੁਛ ਉਹਦੇ ਜੋ ਵੀ ਕਰਮਕਾਂਡ ਦੀ ਅਵਸਥਾ ਉਹ ਕਰੀ ਜਾਂਦਾ। ਇੱਕ ਸਾਲ ਬਾਅਦ ਪਿਤਾ ਵਾਪਸ ਆਉਂਦਾ, ਪਹਿਲੇ ਪੁੱਤਰ ਨੂੰ ਪੁੱਛਦਾ ਜੀ ਤੁਸੀਂ ਸਾਰੇ ਕੰਮ ਸੰਪੂਰਨ ਕਰ ਲਏ, ਕਹਿੰਦੇ ਹਾਂਜੀ ਮੈਨੇ ਪਿਤਾ ਜੀ ਇਹ ਟਿੱਕ ਕਰ ਲਏ ਨੇ, ਸਾਰੇ ਕੰਮ ਮੇਰੇ ਸੰਪੂਰਨ ਨੇ। ਪਿਤਾ ਜੀ ਬੜੇ ਖੁਸ਼ ਹੋਏ। ਪਰ ਦੂਜੇ ਪੁੱਤਰ ਨੂੰ ਪੁੱਛਿਆ ਕਿ ਤੁਸੀਂ ਸਾਰੇ ਕੰਮ ਸੰਪੂਰਨ ਕਰ ਲਏ, ਕਹਿੰਦੇ ਜੀ ਨਹੀਂ ਜੀ ਮੈਂ ਤਾਂ ਉਹਨੂੰ, ਕਿਉਂਕਿ ਪਵਿੱਤਰ ਪਰਚੀ ਸੀ ਤੁਸੀਂ ਦਿੱਤੀ ਸੀ, ਤੁਸੀਂ ਮੇਰੇ ਪਿਤਾ ਹੋ, ਇਸੇ ਕਰਕੇ ਮੈਨੇ ਉਹਨੂੰ ਉਹਦੀ ਧੂਫ ਅਗਰਬੱਤੀ ਅਤੇ ਪੂਜਾ ਕਰਦਾ ਰਿਹਾ, ਪਰ ਕੰਮ, ਕਹਿੰਦੇ ਕੰਮ ਕੋਈ ਨਹੀਂ ਕੀਤਾ। ਅਤੇ ਸਤਿਸੰਗ ਜੀ ਮੈਂ ਮਾਫ਼ੀ ਮੰਗ ਲਾ, ਅਸੀਂ ਵੀ ਗੁਰੂ ਕੋਲ ਜਾਣਾ ਹੈ, ਅਤੇ ਕੀ ਜਵਾਬ ਦੇਵਾਂਗੇ ਜਾ ਕੇ ਅਸੀਂ, ਕਿ ਸ਼ਬਦ ਦੀ ਕਮਾਈ ਤਾਂ ਕੀਤੀ ਨਹੀਂ, ਜੋ ਅਗੰਮੀ ਦੁਨੀਆ ਦੀ ਖੇਡ ਤੁਸੀਂ ਦੱਸੀ ਉਹ ਤਾਂ ਅਸੀਂ ਲਾਹਾ ਲਿਆ ਹੀ ਨਹੀਂ। ਹਰ ਵਾਰ ਅਸੀਂ ਮੂਲ ਮੰਤਰ ਦਾ ਪਾਠ ਕਰਦੇ ਰਹੇ ਕਰਦੇ ਰਹੇ ਕਰਦੇ ਰਹੇ ਕਰਦੇ ਰਹੇ, ਪਰ ਜਦੋਂ ਉਸ ਦਰਬਾਰ 'ਤੇ ਗਏ, ਪਰ ਉਹ ਮੂਲ ਮੰਤਰ ਦੇ ਵਿੱਚ ਜੋ ਲਿਖੇ ਗੁਣ ਉਹ ਤਾਂ ਸਾਡੇ ਅੰਦਰ ਪ੍ਰਗਟ ਨਹੀਂ ਹੋਏ। ਤਾਂ ਇਹ ਪੰਜ ਬਾਣੀਆਂ ਪੰਜ ਸੁਰ ਦੀ ਯਾਤਰਾ, ਪਹਿਲੀ ਬਾਣੀ ਹੈ ਜਪ, ਸਤਿਕਾਰ ਵਜੋਂ ਜਪ ਜੀ ਸਾਹਿਬ। ਤਾਂ ਇਹ ਬਾਣੀ ਦੱਸਦੀ ਹੈ ਉਹ ਪਰਮਾਤਮਾ ਦਾ ਸਿਮਰਨ ਕਿਵੇਂ ਕਰਨਾ, ਪਹਿਲਾਂ ਦੱਸ ਰਿਹਾ। ਅਗਰ ਜਪਜੀ ਸਾਹਿਬ ਦੀ ਗੱਲ ਕਰੀਏ ਤਾਂ ਜਪਜੀ ਸਾਹਿਬ ਦੀ ਜਿਹੜੀ ਬਾਣੀ ਹੈ ਉਹ ਪਹਿਲੀਆਂ ਪੌੜੀਆਂ ਐਂਡਲੀਆਂ ਪੌੜੀਆਂ ਨੂੰ ਖੋਲ ਰਹੀਆਂ ਨੇ, ਔਰ ਪੌੜੀ ਦਰ ਪੌੜੀ ਚੱਲ ਰਹੀਆਂ। ਗੁਰੂ ਨਾਨਕ ਦੇਵ ਜੀ ਮਹਾਰਾਜ ਖੁਦ ਹੀ ਸਵਾਲ ਕਰਦੇ ਨੇ ਕਿਵੇਂ ਸਚਿਆਰਾ ਹੋਈ ਹੈ ਕਿਵੇਂ ਕੂੜੇ ਟੁੱਟੇ, ਹੈ ਪਰਮਾਤਮਾ ਮੈਨੂੰ ਦੱਸ ਮੈਂ ਕਿਵੇਂ ਸਚਿਆਰ ਹੋਵਾਂ ਕਿ ਤੇਰੇ ਅਤੇ ਮੇਰੇ ਵਿਚਾਲੇ ਕੂੜ ਦੀ ਕੰਧ ਟੁੱਟ ਜਾਵੇ। ਅਤੇ ਜਵਾਬ ਐਂਡਲੀ ਪੰਕਤੀ ਵਿੱਚ ਦੇ ਰਹੇ ਨੇ, ਭਰੀਏ ਮਤ ਪਾਪਾਂ ਕੇ ਸੰਗ ਉਹ ਧੋਪੇ ਨਾਮੇ ਕੇਰ, ਉਹ ਪਰਮਾਤਮਾ ਦੇ ਨਾਮ ਨਾਲ ਜਿਹੜੀ ਮਤ ਪਾਪਾਂ ਨਾਲ ਮਲੀਨ ਹੋ ਗਈ ਹੈ ਉਹ ਪਰਮਾਤਮਾ ਦੇ ਨਾਮ ਨਾਲ ਧੋਪੇਗੀ। ਸੋ ਮੈਂ ਮੁਕਤਸਰ ਆਪਣੇ ਟੋਪਿਕ 'ਤੇ ਆਵਾਂ। ਤਾਂ ਉਸ ਤੋਂ ਬਾਅਦ ਹੈ ਦੂਜੀ ਬਾਣੀ ਜਾਪ, ਸਤਿਕਾਰ ਵਜੋਂ ਜਾਪ ਸਾਹਿਬ। ਤਾਂ ਹੁਣ ਇਹ ਦੱਸਦੇ ਨੇ ਗੁਰੂ ਪਿਤਾ ਕਿ ਜਾਪ ਕਰਨਾ ਕਿੰਦਾ, ਉਹ ਕੀ ਹੈ। ਫਿਰ ਉਸ ਤੋਂ ਬਾਅਦ ਤੀਜੀ ਬਾਣੀ ਸਵਈਏ, ਤਾਂ ਉਹਦੇ ਵਿੱਚ ਗੁਰੂ ਪਿਤਾ ਦੱਸ ਰਹੇ ਨੇ ਕਿ ਮਨ ਦੇ ਵਿੱਚ ਵਿਰਾਗ ਕਿਵੇਂ ਉਤਪੰਨ ਹੁੰਦਾ, ਮਨ ਦੇ ਵਿੱਚ ਭਾਰੀ ਵਿਰਾਗ ਉਤਪੰਨ ਹੋ ਗਿਆ, ਉਹ ਸਾਰੀ ਬਾਣੀ ਵਿਰਾਗਮਈ ਹੈ। ਉਸ ਤੋਂ ਅੱਗੇ ਅਗਲੀ ਬਾਣੀ ਹੈ ਜੀ ਚੁਪਾਈ ਸਾਹਿਬ। ਤਾਂ ਚੁਪਾਈ ਸਾਹਿਬ ਵਿੱਚ ਦੱਸਦੇ ਨੇ ਅਰਦਾਸ ਕਿਵੇਂ ਕਰਨੀ ਹੈ, ਉਸ ਭਿੱਜੇ ਹੋਏ ਮਨ ਦੇ ਵਿੱਚੋਂ ਜਦੋਂ ਗੁਰੂ ਬਾਰੇ ਪਰਮਾਤਮਾ ਬਾਰੇ ਗਿਆਨ ਆ ਜੇ ਨਾ ਜੀ, ਪਤਾ ਲੱਗ ਜੇ, ਅਤੇ ਫਿਰ ਅੱਖਾਂ ਇਹ ਲੋਚਨ ਨੇ ਜੋ ਇਹ ਮੰਗਦੇ ਨੇ ਉਹਦਾ ਦੀਦਾਰ ਅਤੇ ਦਰਸ਼ਨ, ਅਤੇ ਦਰਸ਼ਨ ਨਾ ਹੋਣ ਤਾਂ ਫਿਰ ਮਨ ਕਿਵੇਂ ਤੜਫਦਾ। ਤੁਸੀਂ ਸਹਿ ਸਭਾਈ ਸਾਰੇ ਗੁਣੀ ਸੱਜਣ ਬੈਠੇ ਹੋ, ਤੁਹਾਨੂੰ ਪਤਾ ਹੀ ਹੈ।
ਕਿ ਜਦੋਂ ਕਿਸੇ ਦਾ ਇੰਤਜ਼ਾਰ ਹੋਵੇ ਨਾ ਤਾਂ ਬੰਦਾ ਆਪਣੀਆਂ ਹੀ ਦੀਵਾਰਾਂ ਵਿੱਚ ਕੈਦ ਹੋ ਜਾਂਦਾ। ਤੁਸੀਂ ਸਾਰੇ ਇੰਤਜ਼ਾਰ ਕਰਦੇ ਹੋਏ ਕਦੇ ਨਾ ਕਿਸੇ ਨਾ ਕਿਸੇ ਦਾ, ਪਰ ਦੀਵਾਰ ਕੋਈ ਨਹੀਂ ਹੁੰਦੀ, ਪਰ ਫਿਰ ਵੀ ਆਦਮੀ ਕੈਦ ਹੋ ਜਾਂਦਾ। ਕਿਉਂ? ਇੰਤਜ਼ਾਰ ਹੈ। ਤਾਂ ਫਿਰ ਇਸ ਭਿੱਜੇ ਹੋਏ, ਇਸ ਰੋਂਦੇ ਹੋਏ ਮਨ 'ਚੋਂ ਨਿਕਲਦੀ ਹੈ ਅਰਦਾਸ। ਤਾਂ ਫਿਰ ਅਰਦਾਸ ਜੋ ਸੁਣਦਾ ਪਰਮਾਤਮਾ, ਅਤੇ ਬਾਣੀ ਹੈ ਆਨੰਦ ਸਾਹਿਬ, ਬਾਣੀ ਦਾ ਨਾਮ ਹੈ ਆਨੰਦ, ਅਸੀਂ ਸਤਿਕਾਰ ਵਜੋਂ ਕਹਿੰਦੇ ਆਨੰਦ ਸਾਹਿਬ। ਇਹ ਪੰਜ ਸੁਰਤ ਦੀਆਂ ਯਾਤਰਾ ਅਤੇ ਪੰਜ ਬਾਣੀ। ਸੋ ਸਾਧ ਸੰਗਤ ਜੀ, ਬਸ 10 ਮਿੰਟ ਹੋਰ ਮੇਰਾ ਸਮਾਂ, ਥੋੜ੍ਹੀਆਂ ਜਿਹੀਆਂ ਵਿਚਾਰਾਂ ਹੋਰ। ਤਾਂ ਜਿੰਨਾ ਵੀ ਸਨਾਤਨ ਮਤ ਸੀ, ਤਾਂ ਇਹਨੂੰ ਖਤਮ ਕਰਨ ਵਾਸਤੇ, ਕਿਉਂਕਿ ਜਿੰਨਾ ਵੀ ਪਹਿਲਾਂ ਗਿਆਨ ਸੀ ਉਹ ਕਿਸੇ ਗ੍ਰੰਥਾਂ ਵਿੱਚ ਜਾਂ ਦਰਜ ਸੀ, ਪਹਿਲਾਂ ਗਿਆਨ ਲਿਖਿਆ ਗਿਆ, ਬਾਅਦ ਦੇ ਵਿੱਚ ਅਵਤਾਰੀ ਪੁਰਸ਼ ਆਏ, ਤਾਂ ਇਸ ਤਰ੍ਹਾਂ ਦਾ ਗਿਆਨ ਮਿਲ ਰਿਹਾ ਸੀ। ਪਰ ਇਹ ਪਹਿਲੀ ਵਾਰ ਸਿੱਖ ਜਗਤ ਦੇ ਵਿੱਚ ਗਿਆਨ ਸਾਰਾ ਦਾ ਸਾਰਾ ਲਿਖਤ ਵੀ ਹੈ ਔਰ ਪ੍ਰੈਕਟੀਕਲ ਵੀ ਹੈ। ਸਾਰਾ ਦਾ ਸਾਰਾ ਗਿਆਨ ਪ੍ਰੈਕਟੀਕਲ ਵੀ ਹੈ। ਤਾਂ ਬ੍ਰਾਹਮਣ ਸਮਾਜ ਨੇ ਇਸ ਦੁਨੀਆਂ ਦੇ ਵਿੱਚ ਬਹੁਤ ਹੀ ਜ਼ਿਆਦਾ ਮਤਭੇਦ ਪੈਦਾ ਕੀਤੇ ਹੋਏ ਸਨ। ਵਰਨਵੰਡ ਸੀ, ਗ੍ਰੰਥਾਂ ਨੂੰ ਤੁਸੀਂ ਨਹੀਂ ਪੜ੍ਹ ਸਕਦੇ, ਵੈਸ਼ ਅਤੇ ਸ਼ੂਦਰ ਨੂੰ ਹੱਕ ਹੀ ਨਹੀਂ ਸੀ ਮੰਦਰ ਵਿੱਚ ਚਲੇ ਜਾਣ, ਫਿਰ ਜਨੇਹੂ ਦੀ ਰਸਮ ਸੀ। ਹੁਣ ਇੱਥੇ ਗੱਲ ਸਮਝਣ ਵਾਲੀ ਹੈ ਜੀ, ਗੁਰੂ ਨਾਨਕ ਦੇਵ ਜੀ ਮਹਾਰਾਜ ਜਨੇਹੂ ਦਾ ਵਿਰੋਧ ਕਰ ਰਹੇ ਨੇ ਕਿ ਨਹੀਂ ਪਾਉਣਾ, ਪਰ ਉਸੇ ਜਨੇਹੂ ਦੀ ਖਾਤਰ ਗੁਰੂ ਤੇਗ ਬਹਾਦਰ ਜੀ ਮਹਾਰਾਜ ਆਪਣਾ ਸੀਸ ਭੇਟ ਕਰ ਰਹੇ। ਇੱਥੇ ਗੱਲ ਇੱਕ ਸਮਝਣ ਵਾਲੀ ਹੈ ਜੀ। ਕਿਉਂ? ਕਿਉਂਕਿ ਜਬਰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੂੰ, ਗੁਰੂ ਨਾਨਕ ਦੇਵ ਜੀ ਮਹਾਰਾਜ ਨੂੰ ਜਨੇਹੂ ਪਹਿਨਾਇਆ ਜਾ ਰਿਹਾ ਸੀ, ਅਤੇ ਗੁਰੂ ਨਾਨਕ ਦੇਵ ਜੀ ਮਹਾਰਾਜ ਇਹ ਗੱਲ ਕਹਿੰਦੇ ਸੀ, ਜਬਰ ਨਹੀਂ, ਧਰਮ ਦੀ ਦੁਨੀਆਂ 'ਚ ਜਬਰ ਨਹੀਂ। ਸਾਚ ਕਹੂੰ ਸੁਣ ਲਓ ਸਭੇ, ਜਿਨ ਪ੍ਰੇਮ ਕੀਓ ਤਨੇ ਪ੍ਰਭਾ। ਇਹ ਤਾਂ ਪ੍ਰੇਮ ਦੀ ਖੇਡ ਹੈ, ਧੱਕੇ ਦੀ ਖੇਡ ਨਹੀਂ ਹੈ, ਜਬਰ ਨਹੀਂ ਹੈ। ਪਰ ਸਾਧ ਸੰਗਤ ਜੀ, ਅਸੀਂ ਕਿਤੇ ਨਾ ਕਿਤੇ ਜਬਰਨ ਕਰ ਦਿੰਦੇ ਹਾਂ ਕਿ ਤੂੰ ਅੰਮ੍ਰਿਤ ਛਕ, ਅੰਮ੍ਰਿਤ ਛਕ। ਨਹੀਂ ਸਾਧ ਸੰਗਤ ਜੀ, ਇਹ ਪ੍ਰੇਮ ਦੀ ਖੇਡ, ਜਿਹਦਾ ਮਨ ਮੰਨ ਗਿਆ ਉਹ ਖੇਡੇ। ਔਰ ਮੈਂ ਇੱਕ ਹੋਰ ਇਤਿਹਾਸਿਕ ਘਟਨਾ ਤੁਹਾਨੂੰ ਦੱਸਦਾਂ। ਜਦੋਂ ਗੁਰੂ ਸਾਹਿਬਾਨ ਨੇ ਅੰਮ੍ਰਿਤ ਪਾਨ ਕਰਵਾਇਆ ਸੀ, ਤਾਂ ਇਹ ਪੰਜ ਪਿਆਰੇ ਇਕੱਲੇ ਆਏ ਸੀ, ਇਹਨਾਂ ਦੇ ਨਾਲ ਪਤਨੀਆਂ ਨਹੀਂ ਆਈਆਂ ਸੀ। ਸਾਧ ਸੰਗਤ ਜੀ, ਤੁਸੀਂ ਇਤਿਹਾਸ ਪੜ੍ਹ ਸਕਦੇ ਹੋ, ਇਹ ਪੰਜ ਪਿਆਰੇ ਇਕੱਲੇ ਆਏ ਸਨ ਅੰਮ੍ਰਿਤ ਛਕਣ ਵਾਸਤੇ। ਅਤੇ ਅਸੀਂ ਬਹਾਨਾ ਪਤਾ ਕੀ ਲਾਉਣੇ, ਮੇਰੀ ਪਤਨੀ ਨੇ ਹਜੇ ਅੰਮ੍ਰਿਤ ਨਹੀਂ ਛਕਿਆ ਜੀ, ਇਸ ਕਰਕੇ ਮੈਂ ਹਜੇ ਗੁਰੂ ਤੋਂ ਬੇਮੁੱਖ। ਵਟ ਇਜ਼ ਦਿਸ? ਇਹ ਕੀ ਹੈ? ਇਹ ਤਾਂ ਖੇਡ ਪ੍ਰੇਮ ਦੀ ਹੈ। ਇਹ ਪ੍ਰੇਮ ਦੀ ਖੇਡ ਹੈ। ਅਸੀਂ ਮਰਿਆਦਾ ਦੇ ਵਿੱਚ ਉਲਝਦੇ 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 ਹੀ ਜਾ ਰਹੇ ਹਾਂ। ਤਾਂ ਇਹ ਸਾਰਾ ਬ੍ਰਾਹਮਣ ਸਮਾਜ ਨੂੰ ਬਦਲਣ ਵਾਸਤੇ, ਅੱਛਾ, ਗੁਰੂ ਤੇਗ ਬਹਾਦਰ ਜੀ ਮਹਾਰਾਜ ਨੇ ਜੋ ਸ਼ਹੀਦੀ ਦਿੱਤੀ ਉਹ ਵੀ ਕਿ ਪੰਡਤਾਂ 'ਤੇ ਜਬਰ ਨਾ ਲਾ, ਜਬਰ ਨਾ ਕਰ, ਜਬਰਨ ਮੁਸਲਮਾਨ ਨਾ ਬਣਾ, ਜੋ ਖੁਦ ਕਹਿੰਦੇ ਨੇ ਤਾਂ ਬਣ, ਇਸ ਤਰ੍ਹਾਂ ਨਹੀਂ, ਜਬਰ ਨਹੀਂ। ਇਸ ਕਰਕੇ ਉਹਨਾਂ ਨੇ ਆਪਣੇ ਸੀਸ, ਔਰ ਇੱਕ ਸੀਸ ਨੇ ਉਹ ਜਿੰਨੀਆਂ ਉਹਨੇ ਸ਼ਹੀਦੀਆਂ ਪਾਉਣੀਆਂ ਸੀ ਬਰਾਬਰ ਕਰਤਾ। ਤਾਂ ਜਿੰਨਾ ਵੀ ਸਨਾਤਨ ਮਤ ਸੀ ਉਹ ਲਿਖ ਰਿਹਾ ਜੀ ਆਪਣੇ ਗ੍ਰੰਥ ਇਸ ਤਰ੍ਹਾਂ ਹੈ, ਬਹੁਤ ਕੁਛ, ਤਾਂ ਸਾਰਾ ਸਿਸਟਮ ਜੋ ਆਊਟ ਆਫ ਰੇਂਜ ਉਹਨਾਂ ਕਰ ਦਿੱਤਾ। ਤਾਂ ਫਿਰ ਗੁਰੂ ਨਾਨਕ ਦੇਵ ਜੀ ਮਹਾਰਾਜ ਪ੍ਰਗਟ ਹੁੰਦੇ ਨੇ, ਮੈਂ ਨਿੱਗਰ ਚੱਲੀ ਰਸਾਕਲ ਟੋਇਆ, ਧਰਤੀ ਨੇ ਅਰਦਾਸ ਕੀਤੀ, ਕਹਿ ਪਰਮਾਤਮਾ ਤੂੰ ਕਿਰਪਾ ਕਰ, ਆਪਣਾ ਅਵਤਾਰ ਧਰ ਕੇ ਇਸ ਦੁਨੀਆਂ 'ਤੇ ਆ, ਕਿਉਂਕਿ ਇਸ ਮੇਰੀ ਧਰਤੀ 'ਤੇ ਬੜੇ ਕਿਰਤਕਾਂਡ ਹੋ ਗਏ ਨੇ, ਪਾਪ ਬਹੁਤ ਹੋ ਰਿਹਾ। ਤਾਂ ਗੁਰੂ ਨਾਨਕ ਦੇਵ ਜੀ ਮਹਾਰਾਜ ਪ੍ਰਗਟੇ। ਤਾਂ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਪੁਰਾਤਨ ਧਰਮ 'ਤੇ ਚੋਟ ਲਾਈ, ਕਿ ਇੱਕ ਨਵੀਂ ਭਾਸ਼ਾ ਦਾ ਉਪਦਾਨ ਕਰਕੇ। ਮੈਂ ਸਿਰਫ ਮੋਟਾ ਮੋਟਾ ਕਰਾਂ, ਮੈਂ ਜ਼ਿਆਦਾ ਇਤਿਹਾਸ ਵਿੱਚ ਨਾ ਜਾਵਾਂ, ਕਿਤੇ ਫਿਰ ਥੋੜ੍ਹੇ ਸਨਮੁੱਖ ਹੋਣ ਦਾ ਮੌਕਾ ਮਿਲਿਆ ਤਾਂ ਜ਼ਰੂਰ, ਪਰ ਅੱਜ ਕਿਉਂਕਿ ਸਮਾਂ ਦੀ ਨਿਆਕਤ ਨੂੰ ਸਮਝਦੇ ਹੋਏ। ਤਾਂ ਦੂਜੇ ਪਾਸੇ ਦੂਜੀ ਜੋਤ ਪ੍ਰਗਟ ਹੁੰਦੀ ਹੈ ਜੀ, ਉਹ ਇਹ ਸਿਧਾਂਤ ਦਿੰਦੇ ਨੇ ਕਿ ਪਰਮਾਤਮਾ ਤੱਕ ਪਹੁੰਚਣ ਵਾਸਤੇ ਕੋਈ ਵੀ ਭਾਸ਼ਾ ਦੀ ਜ਼ਰੂਰਤ ਨਹੀਂ ਹੈ, ਪਰ ਅਗਰ ਨਵਾਂ ਪੰਥ ਚਲਾਉਣਾ ਸੀ ਤਾਂ ਭਾਸ਼ਾ ਦੀ ਜ਼ਰੂਰਤ ਸੀ, ਇਸ ਕਰਕੇ ਪੰਜਾਬੀ ਭਾਸ਼ਾ ਦਾ ਅਨੁਵਾਦ ਕੀਤਾ ਗੁਰੂ ਨਾਨਕ ਦੇਵ ਜੀ ਮਹਾਰਾਜ। ਗੁਰੂ ਅੰਗਦ ਦੇਵ ਜੀ ਮਹਾਰਾਜ ਨੇ ਸਾਨੂੰ ਇਹ ਸਿਖਾਇਆ ਪ੍ਰੈਕਟੀਕਲ ਤੌਰ 'ਤੇ ਕਿ ਪਰਮਾਤਮਾ ਗੂੰਗੇ ਦੀ ਵੀ ਬੋਲੀ ਸਮਝਦਾ, ਜਿਵੇਂ ਇੱਕ ਮਾਂ ਗੂੰਗੇ ਦੀ ਰਮਜਾ ਸਮਝ ਲੈਂਦੀ ਹੈ, ਪਰਮਾਤਮਾ ਦਾ ਕਰੋੜ ਮਾਵਾਂ ਜਿੰਨਾ ਪਿਆਰ ਕਰਦਾ। ਜੋ ਪ੍ਰਾਣੀ ਗੋਬਿੰਦ ਆਵੇ, ਪੜ੍ਹਿਆ ਅਨਪੜ੍ਹਿਆ ਪਰਮਗਤ ਪਾਵੇ। ਭਾਵੇਂ ਉਹ ਪੜ੍ਹਿਆ ਭਾਵੇਂ ਅਨਪੜ੍ਹ ਹੈ, ਭਾਵੇਂ ਬੋਲਣਾ ਜਾਣਦਾ ਭਾਵੇਂ ਨਹੀਂ ਜਾਣਦਾ, ਅਗਰ ਸਿਮਰਨ ਚੱਲ ਰਿਹਾ ਪਰਮਾਤਮਾ ਉਹਨਾਂ ਨੂੰ ਮਿਲ ਜਾਏਗਾ। ਪਰ ਅਸੀਂ ਭਗਤੀ ਮਾਰਗ ਨੂੰ ਕੀ ਕਰ ਦਿੱਤਾ, ਬੜਾ ਸੰਕੀਰਨ ਕਰਤਾ, ਬੜਾ ਛੋਟਾ ਕਰਤਾ। ਭਗਤੀ ਮਾਰਗ ਇਸ ਤਰ੍ਹਾਂ ਦਾ ਨਹੀਂ ਹੈ।
फिर प्रकट होंदी है तीसरी जोत। ये सनातन मत दे उपर बड़ी भारी चोट कर दे लंगर प्रथा चला के। क्यों? क्योंकि पहला वैश अलग खाते सी, ब्राह्मण अलग खाते सी, तो इन्होंने सर्ब सांझी लंगर प्रथा चलाई। इत्थे बैठ के कुड़ी भी खा सकता सी, राजा भी खा सकता सी, रंक भी खा सकता सी, सारे जने बैठ के। तो गुरु साहिबान ने चलाई लंगर प्रथा। उस तो बाद जोत प्रकट होंदे ने जी, चौथी जोत। तो चौथी जोत ने जिन्ने भी पुरातन मंदिर सी तो सारे वास्ते रस्ते खोल दिते। तो बनाया हरि का मंदिर, हरिमंदर साहब, अकाल तख्त साहब। उत्थे चौ वर्णा नूं सांझा उपदेश दिता गया, चौ वर्णा वास्ते दरवाजे खोल दिते गए। ये ज्ञान सब दा। फिर जोत प्रगट होंदी जी पंजवीं, गुरु अर्जन देव जी महाराज और उन्हां दी जिंदगी दी सानूं ये सिक्ख्या मिलती है कि उन्होंने सारे ग्रंथ एक करते, सारे फकीरां नूं इकट्ठा करता, भावें इस्लाम सी, भावें हिंदू सी, भावें सिख सी, भावें संत सी, सारे नूं इकट्ठा करता। ये सनातन मत ते बड़ी भारी चोट सी, बड़ी भारी चोट सी। तो लोगों को समझाने वास्ते ये सारे प्रैक्टिकल प्रकट होंदी है जी अठवीं जोत। तो उन्होंने दिखाई है कि जो परमात्मा की भगती करते ने उत्थे उम्र की कोई मैटर नहीं करती, सब तो घट आयु इन्हां दी सी, पर दिल्ली का महान सारा दुख अपने उपर ले लिया। ये भगती मार्ग है। इत्थे ये नहीं है कि कोई बुजुर्ग ही साधु हो सकता, एक बच्चा भी हो सकता। पर उस तो बाद समझाते ने गुरु तेग बहादुर जी नौवीं पातशाही की कि भावें महान ज्ञान होवे, महान समझ होवे, खुद परमेश्वर रूप होवे, रिधियां सिद्धियां होण, पर फिर भी संतोख दे विच। हालांकि वह दिल्ली का तख्ता पलट सकते सन, पर फिर भी धर्म की खातर अपना सीस जुदा करवाता, चुप करके इस दुनिया तो रुखसत हो, कुछ भी कर सकते सन। फिर ये सब सिख तैयार हो गए सन, सारा ज्ञान सारा ध्यान इन्होंने मिल चुका सी, हुण लोड़ सी इम्तिहान दी। तो गुरु गोबिंद सिंह जी महाराज तलवार कढ़ के लैंदे ने जी इम्तिहान। तो जदों करोड़ों के कट्ठ दे विचों इम्तिहान लिया तो फिर जी कोई एक ही खड़ा होया सी, बाकी तो सारे दौड़दे सी माता जी वल कि गुरु साहिबां नूं की हो गया जी, ये किस तरह की गल करदे ने। तो फिर जिहड़े इम्तिहान चों पास हो गए उन्हां नूं असीं अज वी पूछदे हां जी पंज प्यारे, तो एक एक करके पंज खड़े हो गए। पर असी इस मार्ग नूं बड़ा संकीर्ण करता, बहुत ही संकीर्ण। सो अपनी सुरत नूं उच्ची चक्कण वास्ते की करना पवेगा? वाहेगुरू, वाहेगुरू दा सिमरन, वाहेगुरू सिमरन करद्या 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 गुरबाणी समझ आनी शुरू हो जाएगी। जिदन गुरबाणी समझ आनी शुरू होगी थोड़े मन के उपर चोटा लगने शुरू हो जाएंगी। मैं अपना प्रैक्टिकल दस रहा साथियों जी, पर जे मन भटक गया, मन टुट गया, तो गुरु घर के आ के अरदास कर, ऐ परमात्मा तू कृपा कर मैं भटक गया। ये टुट्टी गंढ देगा, ये गुरु टुट्टी गंढ देगा, दोबारा फिर उस रस्ते चढ़ा देगा। ये मैं अपना प्रैक्टिकल दस रही हूँ, मैं कोई पढ़ा लिखा ज्ञान नहीं दस रहा। पर गुरु उपर पूर्ण विश्वास चाहिए। अगर गुरु उपर पूर्ण विश्वास नहीं है तो थोनू बुद्धि इस गल गलते गल गलते पटकावेगा। हुणे कथा सुनी है, हो सकता मन टिक गया हो, बाहर जाके कोई होर गल सुन ली नाल दी नाल रिजेक्ट हो जाऊ सारा कुछ, मन फिर अपनी उस अवस्था में चले जाऊ। सो अरदास चाहिए है परमात्मा की कि थोड़ी सारिया की सुरत धर्मखंड तो ज्ञानखंड, ज्ञानखंड तो शर्मखंड, शर्मखंड तो कर्मखंड और कर्मखंड तो सचखंड निवास होवे। सो इनिया कु विचारां दी साझ पाउंदा होया समय की न्यायत नूं समझदे होए, सो जो भी मेरे तो भुल चुक हुई है गुरु प्यार दे विच, गुरु गुरबाणी साझ दिवाउंदे विच, मैं सारी साध संगत जी तो माफ़ी मंगदा जी। और जो भी मेरी गल्लां अच्छियां लगियां उन्हें अपनी झोली दे विच, अपनी जिंदगी दे विच विचार धारना अपनाउणा, जो माड़ियां लगियां जी दोबारा इस तुष्टी बंदे दी झोली विच पा देना ताकि अगे तो होर सुधार के पेश कर सकां। सो इन्नी कु मेरी बेनती प्रवान करनी। वाहेगुरू जी का खालसा, वाहेगुरू जी।